ਨਮਸਕਾਰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਹੈਲੋ ਗਲੋਬਲ ਪੰਜਾਬ ਸ਼ੋਅ 'ਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਡਿਪਟੀ ਸੀਐਮ ਵੱਲੋਂ ਸ਼ੁਰੂ ਕੀਤੀ ਗਈ ਟੋਲ ਫਰੀ ਹੈਲਪਲਾਈਨ ਦੀ ਤੁਸੀਂ ਇਸ ਤੇ ਡਾਇਲ ਕਰਕੇ ਆਪਣੀਆਂ ਮੁਸ਼ਕਲਾਂ ਨੂੰ ਦੱਸ ਸਕਦੇ ਹੋ ਅਤੇ ਸਰਕਾਰ ਦਾ ਵਾਅਦਾ ਹੈ ਕਿ ਉਹਨਾਂ ਦੀ ਪ੍ਰਾਇਓਰਟੀ ਤੇ ਸੁਣਵਾਈ ਹੋਵੇਗੀ ਇਹ ਸਕੀਮ ਕਿੰਨੀ ਕੁ ਕਾਰਗਰ ਹੈ ਕੀ ਸਰਕਾਰ ਦੀ ਇਸ ਪਿੱਛੇ ਨੀਅਤ ਸਾਫ਼ ਹੈ ਅਸੀਂ ਤੁਹਾਡੇ ਵਿਚਾਰ ਵੀ ਜਾਣਨੇ ਚਾਹਾਂਗੇ ਪਰ ਉਸ ਤੋਂ ਪਹਿਲਾਂ ਮੈਂ ਅੱਜ ਵੀ ਦੱਸ ਦੇਵਾਂ कि ਤੁਸੀਂ ਇਸ ਸ਼ੋਅ ਨੂੰ ਨਾਰਥ ਅਮਰੀਕਾ ਦੇ ਪੈਸੀਫਿਕ ਟਾਈਮ ਮੁਤਾਬਿਕ ਸ਼ਾਮੀ 5:30 ਵਜੇ ਅਤੇ ਈਸਟਰਨ ਟਾਈਮ ਮੁਤਾਬਿਕ ਸ਼ਾਮੀ 8:00 ਵਜੇ ਲਾਈਵ ਹਰ ਹਫਤੇ ਮੰਡੇ ਤੋਂ ਫਰਾਈਡੇ ਦੇਖ ਸਕਦੇ ਹੋ। ਇਸ ਸ਼ੋਅ ਦੇ ਰਿਪੀਟ ਸ਼ੋ ਵੀ ਹੁੰਦੇ ਨੇ ਔਰ ਸਾਡੇ ਪੁਰਾਣੇ ਸ਼ੋ YouTube ਤੇ ਉਪਲਬਧ ਨੇ। ਇਸ ਤੋਂ ਪਹਿਲਾਂ ਕਿ ਮੈਂ ਅੱਜ ਦੇ ਮਸਲੇ ਉੱਤੇ ਗੱਲ ਕਰਾਂ ਮੈਂ ਉਹਨਾਂ ਟੈਲੀਫੋਨਸ ਅਤੇ ਈਮੇਲਸ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਜਿਹੜੀਆਂ ਕੱਲ੍ਹ ਦੇ ਮਸਲੇ ਤੇ ਆਈਆਂ ਨੇ। ਕੱਲ ਆਪਾਂ ਗੱਲ ਕੀਤੀ ਸੀ 6 ਜੂਨ ਨੂੰ ਦਰਬਾਰ ਸਾਹਿਬ 'ਚ ਹੋਏ ਵਾਕਿਆ ਦੀ ਉੱਥੇ ਕੁਝ ਨੌਜਵਾਨਾਂ ਨੇ ਨੰਗੀਆਂ ਤਲਵਾਰਾਂ ਲੈ ਕੇ ਨਾਰੇ ਲਾਏ ਸਨ ਇਸ ਮਸਲੇ ਤੇ ਵੱਖਰੇ ਵੱਖਰੇ ਵਿਚਾਰ ਮੈਨੂੰ ਆਏ ਨੇ ਮੈਂ ਇਹਨਾਂ ਨੂੰ ਤੁਹਾਡੇ ਨਾਲ ਇਸ ਸ਼ੋਅ ਦੇ ਅਖੀਰਲੇ ਸੈਗਮੈਂਟ 'ਚ ਸ਼ੇਅਰ ਕਰੂੰਗਾ ਹੁਣ ਅੱਜ ਦਾ ਮਸਲਾ ਸੋਸ਼ਲ ਮੀਡੀਆ 'ਤੇ ਪੰਜਾਬ 'ਚ ਅਕਾਲੀ ਭਾਜਪਾ ਸਰਕਾਰ ਦੀ ਲਗਾਤਾਰ ਤਿੱਖੀ ਆਲੋਚਨਾ ਹੋ ਰਹੀ ਹੈ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਅਤੇ ਪੂਰੇ ਬਾਦਲ ਪਰਿਵਾਰ ਦੀ ਕਾਫੀ ਨਿਖੇਧੀ ਅਤੇ ਕ੍ਰਿਟਿਸਿਜ਼ਮ ਹੁੰਦੀ ਰਹਿੰਦੀ ਹੈ ਇਹ ਜ਼ਿਆਦਾ ਬਾਹਰ ਵਸਦੇ ਪੰਜਾਬੀਆਂ ਵੱਲੋਂ ਹੈ ਇੱਥੇ ਵੀ ਲੋਕੀ ਕ੍ਰਿਟਿਸਾਈਜ਼ ਕਰਦੇ ਆ ਲੇਕਿਨ ਬਾਹਰ ਵਸਦੇ ਪੰਜਾਬੀ ਜਿਹੜੇ ਆ ਉਹ ਜ਼ਿਆਦਾ ਕ੍ਰਿਟਿਸਾਈਜ਼ ਕਰਦੇ ਸਰਕਾਰ ਨੂੰ ਇਸ ਮਸਲੇ ਨਾਲ ਨਜਿੱਠਣ ਵਾਸਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੁਝ ਦਿਨ ਪਹਿਲਾਂ ਇੱਕ ਟੋਲ ਫ੍ਰੀ ਹੈਲਪਲਾਈਨ ਸਥਾਪਿਤ ਕੀਤੀ ਹੈ ਤੁਸੀਂ 1905 ਤੇ ਡਾਇਲ ਕਰਕੇ ਆਪਣੀਆਂ ਗ੍ਰੀਵੈਂਸਸ ਮਸ਼ਕਲਾਂ ਪ੍ਰੋਬਲਮਸ ਵਗੈਰਾ ਦਰਜ ਕਰਵਾ ਸਕਦੇ ਹੋ ਤੁਸੀਂ ਉਹਨਾਂ ਨੂੰ ਈਮੇਲ ਵੀ ਕਰ ਸਕਦੇ ਹੋ ਸਰਕਾਰ ਦਾ ਵਾਅਦਾ ਹੈ ਕਿ ਉਹ ਇਹਨਾਂ ਮਸਲਿਆਂ ਨੂੰ ਤੇਜ਼ੀ ਨਾਲ ਅਤੇ ਗੰਭੀਰਤਾ ਨਾਲ ਡੀਲ ਕਰੇਗੀ ਸੁਖਵੀਰ ਸਿੰਘ ਬਾਦਲ ਦਾ ਵਾਅਦਾ ਹੈ ਕਿ ਇਸ ਸਕੀਮ ਨੂੰ ਬਹੁਤ ਚੰਗਾ ਉਹਨਾਂ ਦਾ ਦਾਅਵਾ ਹੈ ਕਿ ਇਸ ਸਕੀਮ ਨੂੰ ਬਹੁਤ ਚੰਗਾ ਰਿਸਪਾਂਸ ਮਿਲਿਆ ਹੈ ਤੁਸੀਂ ਵੀ ਦੱਸੋ ਕਿ ਤੁਹਾਡਾ ਇਸ ਸਕੀਮ ਬਾਰੇ ਕੀ ਵਿਚਾਰੇ ਜੇ ਤੁਹਾਡੇ ਚੋਂ ਕਿਸੇ ਦਾ ਇਸ ਨੰਬਰ ਤੇ ਕਾਲ ਕਰਕੇ ਕੋਈ ਐਕਸਪੀਰੀਅੰਸ ਕੋਈ ਤਜਰਬਾ ਹੈ ਤਾਂ ਉਹ ਵੀ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ 인ਫੈਕਟ ਜਦੋਂ ਇਹ ਸਕੀਮ ਲਾਂਚ ਹੀ ਹੋਈ ਸੀ ਤੇ ਇੱਕ ਅੱਧਾ ਦਿਨ ਬਾਅਦ ਇਹ ਜਿਹੜਾ ਨੰਬਰ ਆ ਉਹ ਮਿਲ ਨਹੀਂ ਸੀ ਰਿਹਾ ਲੋਕਾਂ ਨੂੰ 인ਫੈਕਟ ਕਾਫੀ ਲੋਕਾਂ ਨੂੰ ਦਿੱਕਤ ਵੀ ਹੋਈ ਪਰ ਮੇਰੇ ਖਿਆਲ ਉਹ ਤੇ ਇਹਨਾਂ ਨੇ ਰਿਜ਼ੋਲਵ ਕਰ ਲਿਆ ਵਾ ਮਸਲਾ ਜਿਹੜਾ ਵਾ ਹੁਣ ਤੁਸੀਂ ਕਾਲ ਤੇ ਕਰ ਸਕਦੇ ਜੇ ਇਹ ਹੁਣ ਪਤਾ ਨਹੀਂਗਾ ਕਿ ਕਿੰਨੇਕ ਇਹ ਜਿਹੜੇ ਪ੍ਰੋਬਲਮਸ ਆ ਉਹ ਵਾਕਈ ਰਿਸੋਲਵ ਹੋ ਰਹੀਆਂ ਵਾ ਉਹਨਾਂ ਦਾ ਕੋਈ ਹੱਲ ਲੱਭਿਆ ਜਾ ਰਿਹਾ ਵਾ ਕਾਫੀ ਲੋਕੀ ਜਿਹੜੇ ਆ ਉਹ ਮੇਰੇ ਖਿਆਲ ਇਹਨਾਂ ਤੇ ਜ਼ਰੂਰ ਕਾਲ ਕਰ ਰਹੇ ਕਿਉਂਕਿ ਸੁਬੀਰ ਸਿੰਘ ਬਾਦਲ ਕਹ ਰਿਹਾ ਕਿ ਉਹਨਾਂ ਨੂੰ ਬਹੁਤ ਚੰਗਾ ਰਿਸਪੌਂਸ ਮਿਲ ਰਿਹਾ ਹੈ ਮੇਰੇ ਸੇ ਮੇਰਾ ਖਿਆਲ ਹੈ ਕਿ ਸਕੀਮ ਬਹੁਤ ਚੰਗੀ ਹੈ ਪਰ ਜਿੰਨਾ ਚਿਰ ਤੱਕ ਜ਼ਿਲ੍ਹਾ ਜ਼ਿਲ੍ਹਾ ਦੇ ਵਿੱਚ ਬਹੁਤ ਹਮਤ ਤੇ ਤੁਸੀਂ ਵੇਖਿਆ ਇਹ ਕੌਨਸ਼ੀਅਨਸੀ ਦੇ ਵਿੱਚ ਉਥੇ ਹਲਕਾ ਇੰਚਾਰ ਲਾਇਆ ਹੈ ਔਰ ਇਹ ਵੀ ਦੇਖਿਆ ਗਿਆ ਵਾ ਵੀ ਜਿਹੜੇ ਅਕਾਲੀ ਵਰਕਰ ਆ ਉਹਨਾਂ ਨੂੰ ਕੰਮਾਂ ਦੇ ਵਿੱਚ ਬਾਖੀ ਜਿਹੜੇ ਸਿਆਸੀ ਪਾਰਟੀਆਂ ਦੇ ਜਿਹੜੇ ਵਰਕਰ ਆ ਉਹਨਾਂ ਦੇ ਮੁਕਾਬਲੇ ਚ ਪਹਿਲ ਮਿਲਦੀ ਆ ਸੋ ਅਕਾਲੀਆਂ ਦੇ ਕੰਮ ਹੁੰਦੇ ਆ ਬਾਕੀਆਂ ਦੇ ਕੰਮ ਜਿਹੜੇ ਆ ਉਹ ਨਹੀਂ ਹੁੰਦੇ ਸੋ ਉਹਨਾਂ ਚਿਰ ਤੱਕ ਇਹਦਾ ਬਹੁਤਾ ਫਾਇਦਾ ਨਹੀਂ ਹੋਣਾ ਜਿੰਨਾ ਚਿਰ ਤੱਕ ਇਹ ਹਰ ਬੰਦੇ ਨੂੰ ਬਰਾਬਰੀ ਦਾ ਦਰਜਾ ਜਿਹੜਾ ਵਾ ਉਹ ਕੰਮਾਂ ਦੇ ਵਿੱਚ ਸਰਕਾਰੀ ਅਫਸਰ ਜਿਹੜੇਗੇ ਉਹ ਨਹੀਂ ਦੇਣਗੇ ਮੇਰਾ ਵੀ ਮੰਨਣਾ ਵਾ ਕਿ ਇਸੇ ਤਰ੍ਹਾਂ ਨਾਲ ਜਿੰਨਾ ਚਿਰ ਤੱਕ ਅਕਾਲੀ ਮੰਤਰੀਆਂ ਦਾ ਅਕਾਲੀ ਜਿਹੜੇ ਟਰਾਂਸਪੋਰਟ ਚ ਬਸਾਂ ਚ ਰੇਤਾ ਬਜਰੀ ਚ ਕੇਬਲ ਵਗੈਰਾ ਦੇ ਵਿੱਚ ਜਿਹਨਾਂ ਚਿਰ ਤੱਕ ਉਹਨਾਂ ਦਾ ਹੱਥ ਹੈ ਉਹਨਾਂ ਚਿਰ ਤੱਕ ਬਹੁਤੀ ਇਨਸਾਫ ਦੀ ਆਸ ਜੜੀਆ ਉਹ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਮੇਰਾ ਖਿਆਲ ਹੈ ਸਰਕਾਰ ਵੱਲੋਂ ਇੱਕ ਕਾਫੀ ਚੰਗਾ ਇੱਕ ਤਰੀਕੇ ਦਾ ਉਪਰਾਲਾ ਵਾ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦੱਸੋ ਸਾਡੇ ਨਾਲ ਸ਼ੇਅਰ ਕਰੋ ਕਿ ਤੁਹਾਡਾ ਇਹਦੇ ਤੇ ਤੁਹਾਡੇ ਇਸ ਮਤਲਬ ਇਸ ਸਕੀਮ ਦੇ ਨਾਲ ਕਿਹੋ ਜਿਹਾ ਐ ਐਕਸਪੀਰੀਅੰਸ ਆ ਇਹ ਟੋਲ ਫਰੀ ਨੰਬਰ ਨੂੰ ਹੁਣ ਚਲਾਇਆ ਮੇਰੇ ਖਿਆਲ ਕਰੀਬ ਕਰੀਬ ਆ ਆਲਮੋਸਟ ਮੀਨਾਕਾ ਹੋ ਗਿਆ ਵਾ ਇਨਫੈਕਟ ਸੁਬੀਰ ਸਿੰਘ ਬਾਦਲ ਦੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਜਿਨੇ ਬਾਹਰ ਵਸਦੇ ਪੰਜਾਬੀ ਆ ਉਹਨਾਂ ਤੱਕ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚ ਕੀਤੀ ਜਾ ਸਕੇ ਪਰ ਫਿਰ ਵੀ ਮੇਰੇ ਖਿਆਲ ਇਹ ਸਰਕਾਰ ਵੱਲੋਂ ਕਾਫੀ ਚੰਗੀ ਅਤੇ ਨਵੇਕਲੀ ਕੋਸ਼ਿਸ਼ ਹੈ ਇਹਦਾ ਕੁਝ ਨਾ ਕੁਝ ਫਾਇਦਾ ਜ਼ਰੂਰ ਹੋਊਗਾ ਕੁਝ ਸਰਨਲ ਸੱਜਣ ਜਿਹੜੇ ਆ ਉਹ ਆਲਰੇਡੀ ਜੁੜ ਗਏ ਆ ਦੇਖਦੇ ਆ ਉਹਨਾਂ ਦਾ ਇਸ ਮਸਲੇ ਬਾਰੇ ਕੀ ਵਿਚਾਰ ਹੈ ਹਲੋ ਹਲੋ ਸਚੀਰ ਸੰਧੂ ਸਾਹਿਬ ਹਲੋ ਸਚੀਰ ਸੰਧੂ ਸਾਹਿਬ ਹਾਂਜੀ ਹਾਂਜੀ ਪਾਈ ਜਾਨ ਆਵਾਜ਼ ਆ ਰਹੀ ਹੈ ਦੱਸੋ ਉੱਚੀ ਬੋਲੋ ਥੋੜਾ ਹਾਂਜੀ ਆ ਰਹੀ ਆ ਮੈਂ ਅਰਜੀਨਲ ਬੋਲ ਰਿਹਾ ਹੁਮਨ ਥੋੜੀ ਉੱਚੀ ਬੋਲੋ ਜੀ ਹਾਂਜੀ ਹਲੋ ਆ ਰਹੀ ਆਵਾਜ਼ ਹਾਂਜੀ ਹਾਂਜੀ ਆ ਰਹੀ ਜੀ ਹਾਂਜੀ ਤੇ ਇਹ ਜਿਹੜਾ ਪ੍ਰੋਗਰਾਮ ਇਹਦਾ ਕੱਲੀ ਵੇਖਿਆ ਤੁਹਾਡਾ ਪ੍ਰੋਗਰਾਮ ਤੁਹਾਨੂੰ ਮਬਾਜ ਮਨਾਉਂਦਾ ਰਿਹਾ ਤੇ ਮਲੇਨ ਬ੍ਰੋਅ ਤੁਹਾਡੇ ਸਾਡੇ ਉਹ ਕਾਲ ਹਾਂਜੀ ਹਾਂਜੀ ਮੈਂ ਇੱਕ ਗੱਲ ਪੁੱਛਣਾ ਚਾਹੁੰਨਾ ਬਈ ਇਹਨਾਂ ਨੇ ਕੀ ਕਰਨਾ ਕੱਲ ਕਿਹੜੀਆਂ ਗੱਲਾਂ ਮੈਂ ਉੱਥੇ 30 ਦਿਨ ਰਹਿ ਗਿਆ ਪੈਂ ਡੇਢ ਡੇਢ ਮਹੀਨਾ ਰਹਿ ਗਿਆ ਉੱਥੇ ਜੋ ਚੱਲ ਹਾਲਾਤ ਇਹਨੂੰ ਪਹਿਲਾਂ ਮੜਾ ਜਾਈ ਪਾਈ ਜਨ ਆਪਣੀ ਇੰਟਰੋਡਕਸ਼ਨ ਦੋਗੇ ਕਿਉਂਕਿ ਸਾਡਾ ਵੋਲਿਊਮ ਥੋੜਾ ਹੌਲੀ ਸੀ ਹੋ ਤਾਂ ਗੱਲ ਸੁਣੀ ਨਹੀਂ ਹਾਂਜੀ ਹਾਂਜੀ ਮੈਂ ਘੁੰਮਣ ਬੋਲਦਾ ਵਰਜੀਨੀਅਟ ਹਾਂਜੀ ਹਾਂਜੀ ਪਾਈ ਜਨ ਹਾਂਜੀ ਹਾਂਜੀ ਤੇ ਜੋ ਉੱਥੇ ਮੈਂ ਡੇਢ ਮਹੀਨਾ ਵੇਖਿਆ ਹਾਲਾਤ ਉੱਥੇ ਦੇ ਹਾਂਜੀ ਕੀ ਐਕਸਪੀਰੀਅੰਸ ਸੀ ਤੁਹਾਡਾ ਡੇਢ ਮਹੀਨੇ ਚ ਤੁਸੀਂ ਜਾ ਕੇ ਵੇਖੋ ਕਿ ਤੇ ਤੁਹਾਨੂੰ ਟਾਈਮ ਲੱਗੇ ਤੇ ਜੋ ਉਥੇ ਕਾਲੀ ਦਲਦਲ ਜੋ ਵੀ ਜਿੱਦਾਂ ਵਰਜੀ ਆ ਇੱਕ ਗੁਰੂ ਘਰ ਦੇ ਦਰਮਾਨ ਗੱਲ ਦਤਾ ਉਹ ਹੁਣ ਇਹ ਡੈ ਡੈ ਆ ਕਹਿਣ ਪਈ ਅਸੀਂ ਤੁਹਾਡੀ ਹੈਲਪ ਕਰਾਂਗੇ ਇਹਨਾਂ ਨੇ ਜੋ ਸਪੀਚ ਕਰਦਾ ਬੁੱਕ ਵਿਪਤੀ ਮੁੱਖ ਮੰਤਰੀ ਇਹਨੂੰ ਆਪਣੇ ਫਾਦਰ ਨਾ ਇਹਨੇ ਕਿਹਦਾ ਕੀ ਹੈਲਪ ਕਰਨੀ ਮੈਨੂੰ ਜਵਾਬ ਦਿਓ ਉਥੇ ਜਾ ਕੇ ਲੋਕਾਂ ਦਾ ਬੱਚਾ ਬੱਚਾ ਡਰ ਗਿਆ ਹੋ ਚੁੱਕਾ ਜੱਟਾਂ ਦਾ ਬੜਾ ਮਾੜਾ ਹਾਲਤ ਰ ਆਪਣਾ ਖਣ ਜਾ ਕੇ ਤਾਂ ਦੇਖੋ ਤੁਹਾਨੂੰ ਦੁਨੀਆ ਦਾ ਪਤਾ ਲੱਗੂਗਾ ਇਹਨਾਂ ਨੇ ਦੁਨੀਆ ਨੂੰ ਖਾ ਰਿਆ ਬੜਾ ਗਰਕਤ ਜਟਾ ਨਾ ਇੱਕ 12 12 ਪੁਆਇੰਟ ਦਾ ਕੰਟਰੀ ਕੱਢੀ ਆ ਕਿਲੇ ਦੀ ਜਿਹੜੇ ਜਾਟਾ ਆਪਣਾ ਖਜਾਰੇ ਦੇ ਕਰ ਸਕਦੇ ਆ ਜੀ ਜੀ ਖੁਮਸਾ ਦੇਖੋ ਮੁਸ਼ਕਲਾਂ ਜ਼ਰੂਰ ਹੈ ਇਨਫੈਕਟ ਕੱਲ ਹੀ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਇੱਕ ਜ਼ਿਮੀਦਾਰ surjit singh ਨਾਂ ਦੇ ਜ਼ਿਮੀਦਾਰ ਨੇ ਖੁਦਕੁਸ਼ੀ ਕਰ ਲਈ ਆ ਇਨਫੈਕਟ ਹੋਇਆ ਏ ਸੀ ਕਿ ਉਹ ਜਦੋਂ ਰਜੀਵ ਗਾਂਧੀ ਆਏ ਸੀ April ਦੇ ਅਖੀਰਲੇ ਹਫਤੇ ਵਿੱਚ ਮਿਲਾ 27 28 ਤਰੀਕ ਨੂੰ ਉਦੋਂ ਇਹ ਜ਼ਿਮੀਦਾਰ surjit singh ਜਿਹੜਾ ਬਾ ਉਹ ਮਿਲਿਆ ਵੀ ਸੀ ਰਜੀਵ ਗਾਂਧੀ ਨੂੰ राहुल गांधी ਨੂੰ ਉਹਨਾਂ ਨੇ ਆਪਣੀ ਪ੍ਰੋਬਲਮ ਵੀ ਦੱਸੀ ਰਾਹੁਲ ਗਾਂਧੀ ਨੂੰ ਉਹਨਾਂ ਦੱਸਿਆ ਕਿ ਕਿਸਾਨੀਆਂ ਦੀਆਂ ਬਹੁਤ ਜ਼ਿਆਦਾ ਪ੍ਰੋਬਲਮਸ ਹੈ ਔਰ ਇਹਨਾਂ ਨੂੰ ਹੱਲ ਕਰਨਾ ਚਾਹੀਦਾ ਹੈ। ਅਨ ਫੈਕਟ ਉਹਨਾਂ ਤੇ ਕਰੀਬ 8-9 ਲੱਖ ਦਾ ਕਰਜ਼ਾ ਸੀ। ਛੋਟੀ ਜਿਹੀ ਜ਼ਮੀਨ ਸੀ ਉਹਨਾਂ ਦੀ 6-7 ਕਿੱਲੇ ਜ਼ਮੀਨ ਹੈ। ਕੁਝ ਉਹਨਾਂ ਨੇ ਜ਼ਮੀਨ ਜਿਹੜੀ ਹੈ ਠੇਕੇ ਤੇ ਲਈ ਸੀ ਔਰ ਆਪਣਾ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਕਰਜ਼ਾ ਵੀ ਲਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਪਿਛਲੇ ਸਾਲ ਵੀ ਉਹਨਾਂ ਦੀ ਫਸਲ ਖਰਾਬ ਹੋ ਗਈ ਤੇ ਐਰਕੀ ਵੀ ਫਸਲ ਖਰਾਬ ਹੋ ਗਈ ਕਿਉਂਕਿ ਮੌਸਮ ਆਪ ਨੂੰ ਪਤਾ ਹੀ ਹੈ ਵੀ ਖਰਾਬ ਹੋ ਗਿਆ ਸੀ ਕਾਫੀ। ਬੇਮੌਸਮੀ ਬਾਰਸ਼ਾਂ ਹੋਈਆਂ ਉਹਦੇ ਕਰਕੇ ਉਹ ਬਹੁਤ ਤੰਗ ਸਨ ਔਰ ਉਹਨਾਂ ਨੇ ਖੁਦਕੁਸ਼ੀ ਕਰ ਲਈ ਔਰ ਇਹ ਕੱਲਾ ਐਗਜ਼ਾਮਪਲ ਨਹੀਂ ਇਹੋ ਜਿਹੇ ਕਾਫੀ ਹੋਰ ਕੇਸਸ ਵੀ ਆ ਜਦੋਂ ਜਿਹੜੇ ਜ਼ਿੰਮੇਦਾਰ ਆ ਉਹ ਤੰਗ ਆ ਕੇ ਆਪਾਂ ਵੇਖ ਰਹੇ ਆਂ ਵੀ ਖੁਦਕੁਸ਼ੀਆਂ ਕਰ ਰਹੇ ਆ ਸੋ ਇਸ ਕਰਕੇ ਦਿੱਕਤਾਂ ਜ਼ਰੂਰ ਹੈ ਜ਼ਿੰਮੇਦਾਰਾਂ ਨੂੰ ਔਰ ਐਰ ਕੀ ਇਹ ਵੀ ਸੁਣਿਆ ਵਾਂ ਵੀ ਜਿਹੜੇ ਠੇਕੇ ਆ ਕਿਉਂਕਿ ਆਮਦਨ ਜਿਹੜੀ ਆ ਲੋਕਾਂ ਦੀ ਘੱਟ ਹੋਈ ਆ ਠੇਕੇ ਜਿਹੜੇ ਆ ਉਹ ਵੀ ਕਾਫੀ ਗਰੇ ਆ ਸੋ ਵੱਖਰੇ ਵੱਖਰੇ ਜਿਹੜੇ ਸੈਗਮੈਂਟਸ ਆ ਉਹਨਾਂ ਦੀਆਂ ਕਾਫੀ ਮੁਸ਼ਕਲਾਂ ਆ ਪਰ ਫਿਰ ਵੀ ਮੇਰੇ ਖਿਆਲਿਆ ਸਰਕਾਰ ਵੱਲੋਂ ਇਹ ਜਿਹੜੀ ਕੋਸ਼ਿਸ਼ ਹੈ ਇਹ ਚੰਗੀ ਕੋਸ਼ਿਸ਼ ਆ ਇੱਕ ਤਰੀਕੇ ਨਾਲ ਤੁਸੀਂ ਆਪਣੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਸਿੱਧੀ ਉਹਨਾਂ ਦੀ ਪ੍ਰੋਬਲਮਸ ਕਰਕੇ ਪ੍ਰੋਬਲਮਸ ਨੂੰ ਲੈ ਕੇ ਤੁਸੀਂ ਸਿੱਧੀ ਸਰਕਾਰ ਤੱਕ ਪਹੁੰਚ ਕਰ ਸਕਦੇ ਜੀ ਸੋ ਇਹਨੂੰ ਆਪਾਂ ਆ ਵੀ ਡਿਸਮਿਸ ਕਰ ਦਈਏ ਵੀ ਇਹ ਸਕੀਮ ਚੰਗੀ ਨਹੀਂ ਗੀ ਇਹ ਤਾਂ ਨਹੀਂ ਗੱਲ ਹੋਊਗੀ ਵੈਸੇ ਇਹ ਜ਼ਰੂਰ ਹੈ ਕਿ ਪ੍ਰੋਬਲਮਸ ਹੀ ਇੰਨੀਆਂ ਆ ਕਿੰਨੀਆਂ ਪ੍ਰੋਬਲਮਸ ਹੈ ਹੱਲ ਕਰਨਗੇ ਇੱਕ ਹੋਰ ਸੱਜਣ ਸਾਡੇ ਨਾਲ ਨੇ ਦੇਖਦੇ ਆ ਉਹ ਕੀ ਕਹਿਣਾ ਚਾਹੁੰਦੇ ਆ ਹੈਲੋ ਹਾਂਜੀ ਹਾਂਜੀ ਭਾਈ ਜਾਨ ਹੈਲੋ ਹਾਂਜੀ ਹਾਂਜੀ ਮੈਂ ਸੁਚਾ ਸਿੰਘ ਬੋਲਦਾ ਹਾਂ ਜੀ ਟ੍ਰਾਂਟੋ ਤੋਂ ਹਾਂਜੀ ਸੁਚਾ ਸਿੰਘ ਜੀ ਸਵਾਗਤ ਹੈ ਸ਼ੋਅ ਦੇ ਵਿੱਚ ਦੱਸੋ ਕੀ ਕਹਿਣਾ ਚਾਹੁੰਦੇ ਜੀ ਇਹ ਤਾਂ ਜੀ ਸੁਖਵੀਰ ਸਿੰਘ ਦਾ ਦਾ ਬਾਬੜੇ ਅਹੁਦੇ ਤੇ ਨੇ ਮੈਂ ਇੱਥੋਂ ਫੋਨ ਕਰਦਾ ਹਾਂ ਆਧਾਰ卡 ਵਾਲਿਆਂ ਨੂੰ ਯਾ ਕਿਹਨਾਂ ਨੂੰ ਫੋਨ ਕਰਦੇ ਤੁਸੀਂ ਅਦਾ ਹਜ਼ਾਰ ਕਾ ਦਾ ਆਲੇ ਨੂੰ ਅੱਛਾ ਜੀ ਮੈਂ ਪੈਨਸ਼ਨਰ ਆ ਹਾਂਜੀ 1978 ਦਾ ਮੈਂ ਪੈਨਸ਼ਨ ਲੈਣਾ ਹੁਣ ਉਹ ਪਰਮਨੈਂਟ ਹੁਣ ਤੜੀ ਨਾਖੇ ਦਿੰਦੇ ਰਹੇ ਹੁਣ ਕਹਿੰਦਾ ਹਜ਼ਾਰ ਕਾ ਬਣਾਓ ਅਰ ਉਹ ਫੋਨ ਚੱਕਦੇ ਹੀ ਨਹੀਂ ਹੈਗੇ ਮੈਂ ਘੰਟਾ ਘੰਟਾ ਫੋਨ ਤੇ ਲਾ ਕੇ ਬੈਠਾ ਰਹਿਣਾ ਤੁਸੀਂ ਆ 1905 1905 ਨੰਬਰ ਤੇ ਕੋਸ਼ਿਸ਼ ਕੀਤੀ ਫੋਨ ਕਰਨ ਦੀ ਨਹੀਂ ਜੀ ਉਹ ਨੰਬਰ ਉਹਨੇ ਦਿੱਤਾ ਹੈ ਮੈਨੂੰ ਇੱਥੇ ਅੱਛਾ ਦੂਜਾ ਨੰਬਰ ਦਿੱਤਾ ਵਾ ਪਰ ਤੁਸੀਂ ਇਹ 1905 ਤੇ ਫੋਨ ਕਰਕੇ ਵੇਖੋ ਸ਼ਾਇਦ ਇੱਥੇ ਸੁਣਵਾਈ ਹੋ ਜਵੇ ਕੋਈ ਨਹੀਂ ਸਹੀ ਕਰਦਾ ਜੀ ਤੁਸੀਂ ਜਿਹੜੀ ਸੁਖਵੀਰ ਬਾਦਲ ਦੀ ਗੱਲ ਕਰਦੇ ਹੋ ਜੀ ਉਹਦਾ ਉਹ ਇੱਕ ਬੈਂਕ ਵਾਲੇ ਗੱਲ ਨਹੀਂ ਕਰਕੇ ਰਾਜੀ ਇਹ ਲਾ ਕੇ ਕਰਨ ਨੂੰ ਬੈਠੇ ਰਹੋ ਅ ਮਸ਼ਕਲਾਂ ਹੈ ਮੇਰੇ ਖਿਆਲ ਲੇਕਿਨ ਮੇਰੇ ਖਿਆਲ ਜੇ ਕੋਸ਼ਿਸ਼ ਕਰਾਂਗੇ ਤਾਂ ਤਾਂਦੀ ਹੱਲ ਹੋਣਗੀਆਂ ਇਨਫੈਕਟ ਤੁਸੀਂ ਕਿਸੇ ਨੂੰ ਆਪਣੀ ਪ੍ਰੋਬਲਮ ਦੱਸੀ ਵੀ ਤੁਸੀਂ ਫੋਨ ਨਹੀਂ ਚੁੱਕਦੇ ਚਿੱਠੀ ਲਿਖ ਕੇ ਆ ਕਿਸੇ ਤਰੀਕੇ ਨਾਲ ਇੱਥੇ ਵੀ ਆਪਣੇ ਜੀ ਰੇਡੀਓ ਪੰਜਾਬ ਤੇ ਵੀ ਕੀਤਾ ਸੀ ਆ ਬਾਸੀ ਸਾਹਿਬ ਨਾਲ ਗੱਲ ਕੀਤੀ ਸੀ ਉਹ ਕੋਈ ਨਹੀਂ ਸੁਣਦਾ ਜੀ ਕੋਈ ਨਹੀਂ ਸੁਣਦਾ ਸੋ ਤੁਹਾਨੂੰ ਕੀ ਲੱਗਦਾ ਵੇਦਾ ਕੀ ਹੱਲ ਹੈ ਫਿਰ ਇਹਨਾਂ ਹਾਲ ਕੀ ਆ ਜੀ ਉਹ ਇੱਥੇ ਬਾਹਰ ਬੈਠੇ ਆ ਸੀ ਉਹ ਕਹਿੰਦੇ ਵੀ ਇੱਥੇ ਨੂੰ ਆ ਜਾਓ ਉਹਨੇ ਦੀ ਟਿਕਟ ਲੱਗ ਗਈ ਜੀ ਉਹਨਾਂ ਨੂੰ ਪੈਨਸ਼ਨ ਮਿਲਦੀ ਹੈ ਜੰਨੀ ਓਕੇ ਸੋ ਪੈਨਸ਼ਨਰਸ ਦੀ ਦਿੱਕਤ ਵੀ ਕਾਫੀ ਆ ਔਰ ਪੈਨਸ਼ਨਸ ਦੀ ਦਿੱਕਤ ਦੀ ਕੋਈ ਸੁਣਵਾਈ ਨਹੀਂ ਕਰ ਰਿਆ ਮੇਰਾ ਖਿਆਲ ਆ ਕਿ ਸਰਕਾਰ ਨੂੰ ਲਗਾਤਾਰੇ ਕੋਸ਼ਿਸ਼ਾਂ ਕਰਨੀਆਂ ਪੈਣੀਆਂ ਵਾ ਕਿਉਂਕਿ ਪ੍ਰੋਬਲਮਸ ਕਾਫੀ ਆ ਲੋਕੀ ਕਾਫੀ ਦੁਖੀ ਆ ਔਰ ਅਸੀਂ ਲਗਾਤਾਰ ਦੇਖ ਰਹੇ ਆ ਕਿ ਜਿਹੜੇ ਲੋਕੀ ਜਿਹੜੇ ਬਾਹਰ ਵੱਸਦੇ ਆ ਉਹਨਾਂ ਦੀਆਂ ਪ੍ਰੋਬਲਮਸ ਜਿਹੜੀਆਂ ਵਾ ਉਹ ਹਾਲੀ ਵੀ ਹੱਲ ਨਹੀਂ ਹੋ ਰਹੀਆਂ ਠੀਕ ਆ ਐਨਆਰਆਈ ਪੁਲਿਸ ਸਟੇਸ਼ਨ ਵੀ ਬਣੇ ਆ ਹੋਰ ਵੀ ਐਨਆਰਆਈ ਸਭਾ ਵੀ ਬਣੀ ਆ ਲੇਕਿਨ ਫਿਰ ਵੀ ਲੋਕਾਂ ਦੀਆਂ ਪ੍ਰੋਬਲਮਸ ਲਗਾਤਾਰ ਜਿਹੜੀਆਂ ਵਾ ਹਾਲੀ ਵੀ ਬਣੀਆਂ ਵਾ ਔਰ ਉਹ ਹੱਲ ਨਹੀਂ ਹੋ ਰਹੀਆਂ ਇੱਕ ਹੋਰ ਸੱਜਣ ਸਾਡੇ ਨਾਲ ਨੇ ਇਸ ਵੇਲੇ ਦੇਖਦੇ ਆ ਉਹ ਕੀ ਕਹਿਣਾ ਚਾਹੁੰਦੇ ਆ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹਰਪ੍ਰੀਤ ਸਿੰਘ ਬੋਲ ਰਿਹਾ ਜੀ ਹਾਂਜੀ ਹਰਪ੍ਰੀਤ ਸਿੰਘ ਜੀ ਹਾਂਜੀ ਮੈਂ ਕਹਿਣਾ ਚਾਹਾਂਗਾ ਕਿ ਜਿਹੜੀ ਹੈਲਪ ਲਾਈਨ ਹੈਗੀ ਆ ਮੇਨ ਮੇਨ ਪ੍ਰੋਬਲਮ ਹੈਗੀ ਆ ਟਰਸਟ ਦੀ ਹਾਂਜੀ ਕਿ ਤੂੰ ਹੀ ਮਤਲਬ ٹرسٹ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ ਉੱਤੇ ਤੁਸੀਂ ਕਿੰਨਾ ਕੁ ٹرسٹ ਕਰ ਸਕਦੇ ਹੋ ਕਿਉਂਕਿ ਮੋਸਟ ਆਫ ਦੀ ਪ੍ਰੋਬਲਮ ਦੀ ਜੜ੍ਹ ਹੀ ਐਡਮਿਨਿਸਟ੍ਰੇਸ਼ਨ ਦਾ ਐਟੀਟਿਊਡ ਤੇ ਉਹਨਾਂ ਦੇ ਖੁਦ ਹੀ ਐਕਟੀਵਿਟੀਆਂ ਹੈਗੀਆਂ ਜੀ ਤੇ ਇਹ ਇਹ ٹرسٹ ਫੇਰੀ ਬਣ ਸਕਦਾ ਵਾ ਕਿ ਜੇ ਉਹ ਅਨਬਾਇਸਡ ਹੋ ਕੇ ਜੀ ਈਵਨ ਜਿਹੜੇ ਉਹਨਾਂ ਦੇ ਖੁਦ ਦੇ ਜਿਹੜੇ ਹਲਕਾ ਇਨਚਾਰਜ ਜਾਂ ਜੋ ਵੀ ਉਹਨਾਂ ਦੇ ਕਮਿਸ਼ਨਸ ਹੁੰਦੇ ਆ ਲੋਕਲ ਕਮਿਸ਼ਨਸ ਜਾਂ ਮਾਰਕੀਟ ਕਮੇਟੀਆਂ ਜਾਂ ਹੋਰ ਡਿਫਰੈਂਟ ਇੰਸਟੀਟਿਊਸ਼ਨ ਹੁੰਦੇ ਆ ਜੀ ਜੇ ਉਹਨਾਂ ਦੇ ਖਿਲਾਫ ਇਹ ਮਤਲਬ ਅਨਬਾਇਸਡ ਹੋ ਕੇ ਜੇ ਕੋਈ ਕਾਰਵਾਈ ਕਰ ਸਕਣ ਤੇ ਫੇਰ ਹੀ ٹرسٹ ਬਣ ਸਕਦਾ ਆਦਰਵਾਇਜ਼ ਜੇ ਤੁਸੀਂ ਕਹੋ ਕਿ ਰਾਸ਼ਨ ਕਾਰਡ ਲਈ ਕੋਈ ਕਾਲ ਕਰੇ ਮਤਲਬ ਉਹ ਇੰਨੀ ਸਿਗਨੀਫੀਕੈਂਟ ਪ੍ਰੋਬਲਮ ਹੈਗੀ ਨਹੀਂ ਆ ਬਿਲਕੁਲ ਠੀਕ ਆ ਅਰਪੀਤ ਸਿੰਘ ਬਿਲਕੁਲ ਠੀਕ ਆ ਬੇਸਿਕਲੀ ٹرسٹ ਦੀ ਗੱਲ ਆ ਔਰ ਇਸ ਵੇਲੇ ٹرسٹ ਜਿਹੜੀ ਆ ਐਡਮਿਨਿਸਟ੍ਰੇਸ਼ਨ ਦੇ ਸਰਕਾਰੀ ਅਫਸਰਾਂ ਦੇ ਵਿਚਕਾਰ ਕਰਮਚਾਰੀਆਂ ਦੇ ਵਿਚਕਾਰ ਔਰ ਲੋਕਾਂ ਦੇ ਵਿੱਚ ਜਿਹੜੀ ਆ ٹرسٹ ਇਸ ਵੇਲੇ ਟੁੱਟੀ ਹੋਈ ਆ ٹرسٹ ਨਹੀਂ ਬਣੀ ਹੋਈ ਔਰ ਮੇਰੇ ਖਿਆਲ ਇਹ ਜਨਸਤ ਤੱਕ ਜਿਹੜੇ ਸਰਕਾਰੀ ਅਫਸਰ ਆ ਔਰ ਕਰਮਚਾਰੀ ਆ ਉਹ ਆਪਣਾ ਕੰਮ ਜਿਹੜਾ ਬਾ ਇਮਾਨਦਾਰੀ ਨਾਲ ਨਹੀਂ ਕਰਨਗੇ ਪਾਰਦਰਸ਼ੀ ਤਰੀਕੇ ਨਾਲ ਨਹੀਂ ਕਰਨਗੇ ਔਰ ਸਾਰਿਆਂ ਨੂੰ ਬਰਾਬਰ ਨਹੀਂ ਟਰੀਟ ਕਰਨਗੇ ਉਹਨਾਂ ਚਿਰ ਤੱਕ ਕਿ ਟਰਸਟ ਬਣਨੀ ਜਿਹੜੀ ਆ ਕਾਫੀ ਮੁਸ਼ਕਲ ਆ ਖਾਸ ਕਰਕੇ ਜਿਹੜੇ ਬਾਹਰ ਵਸਦੇ ਆ ਕਿਉਂਕਿ ਬਾਹਰ ਵਸਦੇ ਲੋਕ ਜਿਹੜੇ ਆ ਉਹ ਉੱਥੇ ਸਿਫਾਰਿਸ਼ ਜਾਂ ਉੱਥੇ ਸਿਸਟਮ ਨਹੀਂ ਚੱਲਦਾ ਜਿਹੜਾ ਇੱਥੋਂ ਵਾਲਾ ਸਿਸਟਮ ਆ ਸੋ ਉਹ ਆਸ ਕਰਦੇ ਆ ਵੀ ਸਾਰਿਆਂ ਨੂੰ ਬਰਾਬਰੀ ਨਾਲ ਇਹ ਟਰੀਟ ਕਰਨਗੇ ਜਿਹੜੇ ਸਾਡੇ ਸਰਕਾਰੀ ਅਫਸਰ ਆ ਬਿਲਕੁਲ ਟਰਸਟ ਦੀ ਮਸਲਾ ਵਾ ਔਰ ਟਰਸਟ ਦਾ ਮਸਲਾ ਟਰਸਟ ਨੂੰ ਮੇਰਾ ਖਿਆਲ ਆ ਸੁਖਬੀਰ ਸਿੰਘ ਬਾਦਲ ਨੇ ਹੈਲਪਲਾਈਨ ਸ਼ੁਰੂ ਕੀਤੀ ਆ ਹੁਣ ਹੈਲਪਲਾਈਨ ਦਾ ਕਿੰਨਾ ਫਾਇਦਾ ਹੁੰਦਾ ਹੈ ਤੇ ਸਮਝ ਦੱਸੂਗਾ ਪਰ ਇਸ ਵੇਲੇ ਉਹ ਦਾਵਾ ਕਰ ਰਿਹਾ ਕਿ ਰਿਸਪੌਂਸ ਜਿਹੜਾ ਵਾ ਉਹ ਕਾਫੀ ਚੰਗਾ ਆ ਰਿਹਾ ਪਰ ਹੁਣ ਤੱਕ ਜਿਹੜੀਆਂ ਕਾਲਸ ਐ ਸ਼ੋਅ ਦੇ ਵਿੱਚ ਆਈਆਂ ਉਥੋਂ ਲੱਗ ਰਿਹਾ ਵਾ ਕਿ ਬਹੁਤੀ ਹਾਲੀ ਤੱਕ ਟਰਸਟ ਦੁਬਾਰਾ ਬਣਾਉਣ 'ਚ ਕੋਈ ਕਾਮਯਾਬੀ ਨਹੀਂ ਹਾਸਲ ਹੋਈ ਇੱਕ ਹੋਰ ਸਾਡੇ ਨਾਲ ਦਰਸ਼ਕ ਜੁੜੇ ਆ ਉਹਨਾਂ ਦਾ ਦੇਖਦੇ ਆ ਕਿ ਇਸ ਮਸਲੇ ਤੇ ਦ੍ਰਿਸ਼ਟੀਕੋਣ ਹੈ ਮੈਂ ਸੁਖਪ੍ਰੀਤ ਬਰਾੜ ਬੋਲਦਾ ਹਾਂ ਕਿ ਨਿਊਯਾਰਕ ਤੋਂ ਹਾਂਜੀ ਸੁਖਪ੍ਰੀਤ ਜੀ ਦੱਸੋ ਕੀ ਕਹਿਣਾ ਚਾਹੁੰਦੇ ਜੀ ਅਜੀ ਮੈਂ ਦੱਸ ਰਿਹਾ ਥੋੜਾ ਸ਼ੋਅ ਵੇਖ ਰਿਹਾ ਸੀ ਆਪਣਾ ਹਾਂਜੀ ਤੇ ਬਹੁਤ ਉੱਥੇ ਆਉਣਾ ਜਾਣਾ ਲੱਗਿਆ ਰਹਿੰਦਾ ਜੀ ਮੈਨੂੰ ਆ ਜਿਹੜਾ 1905 ਜਿਹੜਾ ਆਪਣਾ ਨੰਬਰ ਆ ਮੈਂ ਕਾਲ ਕੀਤੀ ਹਾਂਜੀ ਮੇਰਾ ਤਾਂ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਮੈਂ ਉੱਥੇ 6 ਮਹੀਨੇ ਤੋਂ ਵੱਧ ਕਿਤੇ ਟਾਈਮ ਉੱਥੇ ਮੈਨੂੰ ਲੱਗ ਰਿਹਾ ਸੀਗਾ ਤੇ ਮੈਂ ਐਸਐਸਪੀ ਆਫਿਸ ਗਿਆ ਹਾਂ ਹਾਂ ਤੇ ਉੱਥੇ ਮੈਨੂੰ ਉਹ ਅਰਚਨ ਵਗੈਰਾ ਕਰ ਰਹੇ ਸੀਗੇ ਤੇ ਮੈਨੂੰ ਫਿਰ ਇੰਨਾ ਹੀ ਧਿਆਨ ਹੈ ਗੱਲ ਦਾ ਤੇ ਮੈਂ ਉ ਸਕਾਇਦਰਜ ਕੀਤੀ 1905 ਤੇ ਓਕੇ ਤੇ ਉਹਨਾਂ ਨੇ ਮੇਰਾ ਮਤਲਬ ਪ੍ਰੋਪਰ ਸਾਰੀ ਜਾਣਕਾਰੀ ਲੈ ਕੇ ਸੈਲਫੋਨ ਨੰਬਰ ਲੈ ਕੇ ਤੇ ਪੂਰਾ ਮਤਲਬ ਫਾਲੋ ਅਪ ਕੀਤਾ ਮਤਲਬ 5-7 ਦਿਨਾਂ ਦੇ ਵਿੱਚ ਐਸਐਸਪੀ ਆਫਿਸ ਤੇ ਉਹਨਾਂ ਨੇ ਗੱਲਬਾਤ ਕਰਕੇ ਮਤਲਬ ਮੈਨੂੰ ਪੂਰਾ ਸੈਟੀਸਫਾਈ ਕੀਤਾ ਜੀ ਸੇ ਤੁਹਾਨੂੰ ਫਿਰ ਵਾਪਸ ਦੱਸਿਆ ਵੀ ਉਹਨਾਂ ਨੇ ਵੀ ਆ ਤੁਹਾਡਾ ਮਸਲਾ ਹੱਲ ਹੋ ਗਿਆ ਮਸਲਾ ਹੱਲ ਜਦੋਂ ਮੈਂ ਉੱਥੇ ਗਿਆ ਉਹ ਮੇਰਾ ਜਿਹੜਾ ਸਾਰਾ ਉਹਨਾਂ ਨੇ ਸਟਰੀਮ ਲਾਈਨ ਕੀਤਾ ਉਹ ਕਮਪਲੈਂਟ ਬੰਦੇ ਨਾਲ ਗੱਲ ਕੀਤੀ ਉੱਥੇ ਮੁਹੱਲੀ ਐਸਐਸਪੀ ਆਫਿਸ 'ਚ ਹਾਂਜੀ ਤੇ ਮਤਲਬ ਉਹ ਸਾਰਾ ਉਹਨਾਂ ਨੇ ਮਤਲਬ ਉਹ ਬਹੁਤ ਵਧੀਆ ਤਰੀਕੇ ਨਾਲ ਮੇਰਾ ਮਸਲਾ ਸੋਲਵ ਹੋਇਆ ਕਾਲ ਕਰਨ ਵਾਲੀ ਬਹੁਤ ਅੱਛੀ ਗੱਲ ਹੈ ਬਹੁਤ ਅੱਛੀ ਗੱਲ ਹੈ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਮਸਲੇ ਹੱਲ ਹੋਣ ਮੈਨੂੰ ਲੱਗਦਾ ਵਾ ਸੁਖਤੀ ਤੇ ਇਹ ਵੀ ਲੱਗ ਰਿਹਾ ਕਿ ਹੋ ਸਕਦਾ ਕੁਝ ਏਰੀਆਜ਼ ਦੇ ਵਿੱਚ ਕੁਝ ਜ਼ਿਲ੍ਹਿਆਂ ਦੇ ਵਿੱਚ ਰਿਸਪਾਂਸ ਸ਼ਾਇਦ ਚੰਗਾ ਹੋਵੇ ਜਿਵੇਂ ਤੁਸੀਂ ਮੁਹੱਲੀ ਜ਼ਿਲ੍ਹੇ ਦੀ ਗੱਲ ਕੀਤੀ ਆ ਹੁਣ ਇਹ ਪਤਾ ਨਹੀਂ ਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਸ਼ਾਇਦ ਇਸੇ ਤਰ੍ਹਾਂ ਦੀ ਲੋਕਾਂ ਨੂੰ ਸਹੂਲਤ ਜਿਹੜੀ ਆ ਇਸੇ ਤਰ੍ਹਾਂ ਹੀ ਲੋਕਾਂ ਦੀਆਂ ਪ੍ਰੋਬਲਮਸ ਗਰੀਵੈਂਸ ਜਿਹੜੀਆਂ ਰਿਡਰੈਸ ਹੋ ਰਹੀਆਂ ਜੇ ਹੋ ਰਹੀਆਂ ਤੇ ਬਹੁਤ ਅੱਛੀ ਗੱਲ ਆ ਇਹਦਾ ਮਤਲਬ ਹੈ ਸਕੀਮ ਕੁਝ ਹੱਦ ਤੱਕ ਜ਼ਰੂਰ ਕਾਮਯਾਬ ਹੈ ਇੱਕ ਹੋਰ ਸੱਜਣ ਸਾਡੇ ਨਾਲ ਨੇ ਸੁਣਦੇ ਆ ਉਹ ਕੀ ਕਹਿਣਾ ਚਾਹੁੰਦੇ ਆ ਹਲੋ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਕੁਲਬੀਰ ਬੋਲ ਰਹੀ ਆ ਸਤਿ ਸ਼੍ਰੀ ਅਕਾਲ ਜੀ ਕੁਲਬੀਰ ਜੀ ਕੀ ਕਹਿਣਾ ਚਾਹੁੰਦੇ ਜੇ ਮੈਂ ਜਿਹੜੇ ਉਹ ਕਿਸਾਨ ਨੇ ਖੁਦਕੁਸ਼ੀ ਕੀਤੀ ਆ ਪਹਿਲਾਂ ਤਾਂ ਮੈਂ ਉਹਨਾਂ ਬਾਰੇ ਗੱਲ ਕਰਨਾ ਚਾਹੁੰਦੀ ਆ ਫਿਰ ਮੈਂ ਤੁਹਾਡੇ ਮੁੱਦੇ ਬਾਰੇ ਗੱਲ ਕਰੂੰਗੀ ਹਾਂਜੀ ਹਾਂਜੀ ਜਿਹੜੀ ਕਿਸਾਨ ਨੇ ਖੁਦ ਖੁਦਕਿਸ਼ੀ ਕੀਤੀ ਆ ਨਾ ਜਦੋਂ ਰਾਹੁਲ ਗਾਂਧੀ ਨੂੰ ਵੀ ਉਹਨਾਂ ਨੇ ਅਪਰੋਚ ਕੀਤੀ ਇੱਕ ਸਾਈਕੋਲੋਜੀਕਲ ਟਰਮ ਹੈਗੀ ਆ ਕਿ एवरीवन ਵੈਨ ਦੇ ਆਰ ਇਨ ਟ੍ਰਬਲ ਦੇ ਕ੍ਰਾਈ ਫਾਰ ਹੈਲਪ ਜੀ রাইਟ ਜਦੋਂ ਬੰਦਾ ਹੈਲਪ ਵਾਸਤੇ ਕ੍ਰਾਈ ਕਰ ਰਿਹਾ ਸੀਗਾ ਕਾਂਗਰਸ ਦਾ ਉਹ ਨੇਤਾ ਸੀਗਾ ਜੀ ਕੀ ਉਹਨੂੰ 8 ਲੱਖ ਬਹੁਤ ਜ਼ਿਆਦਾ ਅਮਾਉਂਟ ਸੀਗਾ ਠੀਕ ਹੈ ਜੀ ਜੀ ਉਹ ਉਦੋਂ ਉਦੋਂ ਇਹ ਸਾਰੀ ਲੀਡਰਸ਼ਿਪ ਜਿੰਨੇ ਵੀ ਐ ਯੂ نو ਐਟ ਟੂ ਬਿਗਨ ਵਿਦ ਪੋਲਿਟਿਕਸ ਇਜ਼ ਅ ਡਰਟੀ ਗੇਮ ਭਾਵੇਂ ਉਹ ਗੁਰਦੁਆਰਿਆਂ ਚ ਹੁੰਦੀ ਆ ਭਾਵੇਂ ਉਹ ਘਰਾਂ ਚ ਹੁੰਦੀ ਆ ਭਾਵੇਂ ਉਹ ਰਾਜਨੀਤੀ ਚ ਹੁੰਦੀ ਆ ਪੋਲਿਟਿਕਸ ਇਜ਼ ਅ ਡਰਟੀ ਗੇਮ ਉਹ ਸਾਰੇ ਲੋਕ ਆਪਣੀਆਂ ਰੋਟੀਆਂ ਸਿੱਖਦੇ ਆ ਕਿਸੇ ਨੂੰ ਕਿਹਦੇ ਨਾਲ ਕੋਈ ਮਤਲਬ ਨਹੀਂ ਹੈਗਾ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਇਹ ਗੱਲ ਹੈਗੀ ਆ ਪਹਿਲੀ ਗੱਲ ਜੀ ਠੀਕ ਹੈ ਜਦੋਂ ਬੰਦਾ ਉਹ ਕ라이 ਕਰ ਰਿਹਾ ਸੀ ਹਲਪ ਵਾਸਤੇ ਸਾਰੀਆਂ ਜਥੇਬੰਦੀਆਂ ਸਾਰੀ ਲੀਡਰਸ਼ਿਪ ਕਿੱਥੇ ਸੀ ਸ਼ੇਮ ਆਨ ਆਲ ਆਫ ਥੈਮ ਬਿਲਕੁਲ ਠੀਕ ਹੈ ਕੁਲਬੀਰ ਜੀ ਕਿਉਂਕਿ ਜਦੋਂ ਉਹਨੇ ਰਾਹੁਲ ਗਾਂਧੀ ਨੂੰ ਆਪਣੀ ਪ੍ਰੋਬਲਮ ਦੱਸੀ ਤੇ ਇਹ ਵੀ ਦੱਸਦੇ ਆ ਕਿ ਉਹ ਕਾਫੀ ਭਾਵੁਕ ਹੋ ਕੇ ਦੱਸ ਰਹੇ ਸਨ ਕਿ ਕਿਸ ਤਰ੍ਹਾਂ ਦੀ ਉਹਨਾਂ ਦੀ ਮੁਸ਼ਕਲ ਆ ਉਦੋਂ ਕਿਸੇ ਨੇ ਲੱਗਦਾ ਨਾ ਕਾਂਗਰਸ ਦੇ ਲੀਡਰਾਂ ਨੇ ਉਹਦੀ ਕੋਈ ਗੱਲ ਧਿਆਨ ਨਾਲ ਸੁਣੀ ਤੇ ਸਰਕਾਰੀ ਅਫਸਰਾਂ ਨੇ ਸੁਣਨੀ ਕੀ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਹੋਊ ਕਿ ਇਹ ਜੇ ਕਾਂਗਰਸ ਨੇਤਾ ਨੂੰ ਆਪਣੀ ਪ੍ਰੋਬਲਮ ਦੱਸ ਰਿਹਾ ਤੇ ਅਸੀਂ ਇਹਦੀ ਗੱਲ ਕਿਉਂ ਸੁਣੀਏ ਬੜੀ ਅਫਸੋਸ ਦੀ ਗੱਲ ਆ ਮੇਰਾ ਖਿਆਲ ਹੈ ਸਿਰਫ ਇਸ ਸੱਜਣ ਸੁਰਜੀਤ ਸਿੰਘ ਨਾਂ ਦੇ ਸੱਜਣ ਨਾਲ ਹੀ ਇਨਸਾਫ ਨਹੀਂ ਸੀ ਹੋਣਾ ਚਾਹੀਦਾ ਉਹਨਾਂ ਤੱਕ ਪਹੁੰਚ ਨਹੀਂ ਸੀ ਹੋ ਸਰਕਾਰ ਨੂੰ ਚਾਹੀਦਾ ਵਾ ਵੀ ਜਿੰਨੇ ਵੀ ਲੋਕੀ ਕਰਜ਼ੇ ਹੇਠ ਨੇ ਉਹਨਾਂ ਦੀਆਂ ਲਿਸਟਾਂ ਬਣਾਉਣ ਜ਼ਿਲ੍ਹੇ ਵਾਈਜ਼ ਬਲਾਕ ਵਾਈਜ਼ ਪਿੰਡ ਵਾਈਜ਼ ਲਿਸਟਾਂ ਬਣਾਉਣ ਸਰਕਾਰੀ ਅਫਸਰ ਉਹਨਾਂ ਤੱਕ ਪਹੁੰਚ ਕਰਨ ਔਰ ਉਹਨਾਂ ਨੂੰ ਕਹਿਣ ਵੀ ਤੁਹਾਡੀ ਪ੍ਰੋਬਲਮ ਜ਼ਰੂਰ ਹੈ ਕਰਜ਼ਾ ਤੇ ਤੁਸੀਂ ਲਿਆ ਵਾ ਕਰਜ਼ਾ ਤੁਸੀਂ ਵਾਪਸ ਕਰਨਾ ਵਾ ਪਰ ਇਸ ਕਰਕੇ ਤੁਹਾਨੂੰ ਖੁਦਕਸ਼ੀ ਜਾਂ ਕੋਈ ਹੋਰ ਇਹੋ ਜਿਹਾ ਐਕਸਟ੍ਰੀਮ ਸਟੈਪ ਲੈਣ ਦੀ ਲੋੜ ਨਹੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਤੁਹਾਡੀ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕਰੀਏ ਬੈਂਕ ਵੱਲੋਂ ਲੋਨ ਦਵਾਈਏ ਸਰਕਾਰੀ ਕਿਸੇ ਨਾ ਕਿਸੇ ادارے ਵੱਲੋਂ ਲੋਨ ਦਵਾਈਏ ਤਾਨੂੰ ਬੀ ਜਿਹੜੇ ਆ ਸਸਤੇ ਭਾਤੇ ਆ ਮੁਫਤ ਦਿੱਤੇ ਜਾ ਸਕਣ ਸੋਦਰ ਤੁਸੀਂ ਅਗਲੀ ਫਸਲ ਚੰਗੀ ਤਰ੍ਹਾਂ ਪਾਲ ਕੇ ਤੁਸੀਂ ਆਪਣੇ ਲੋਨ ਵਾਪਸ ਕਰ ਸਕੋ ਸੋ ਜੇ ਲਗਾਤਾਰ ਉਹਨਾਂ ਤੱਕ ਪਹੁੰਚ ਬਣੀ ਰਹੂਗੀ ਤੇ ਸ਼ਾਇਦ ਉਹ ਇਕੱਲੇ ਫੀਲ ਨਹੀਂ ਕਰਨਗੇ ਔਰ ਉਹ ਐਕਸਟ੍ਰੀਮ ਸਟੈਪ ਨਹੀਂ ਲੈਣਗੇ ਬਿਲਕੁਲ ਮੈਂ ਕੁਲਬੀ ਕੁਰਜੀ ਮੈਂ ਤੁਹਾਡੇ ਨਾਲ ਸਹਿਮਤ ਆ ਤੁਸੀਂ ਦੂਸਰੀ ਗੱਲ ਵੀ ਕਹਿਣੀ ਕਰਨੀ ਚਾਹੁੰਦੇ ਸੀ ਹਾਂਜੀ ਤੇ ਦੂਜਾ ਮੇਰਾ ਭਾਜੀ ਇਹ ਗੱਲ ਹੈਗੀ ਆ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਪਦਮ ਪੂਸ਼ਨ ਮਿਲਦਾ ਹੈ ਹੈਨਾ ਉਹਦੀ ਮੋਰਲ ਮੋਰਲ ਡਿਊਟੀ ਬਣਦੀ ਆ ਉਹਨੂੰ ਉਹ ਵਾਪਸ ਕਰ ਦੇਣਾ ਚਾਹੀਦਾ ਬਿਕੋਜ਼ ਹੀ ਇਜ਼ ਅ ਫੇਲਰ ਉਹ ਫੇਲ ਹੋ ਚੁੱਕਿਆ ਹੈਗਾ ਕਿਸੇ ਕਿਸਾਨਾਂ ਦੀ ਉਹਨੇ ਕੋਈ ਮਦਦ ਨਹੀਂ ਕੀਤੀ ਜੇ ਮਹਾਰਾਜਾ ਰਣਜੀਤ ਸਿੰਘ ਦੀ ਨਕਲ ਕਰਨੀ ਆ ਨਾ ਰਾਤ ਨੂੰ ਕੱਪੜੇ ਭੇਸ ਬਦਲ ਕੇ ਜਨਤਾ ਦਾ ਦੌਰਾ ਕਰਿਓ ਇਹ ਲੋਕ ਦਿਨੇ ਦਿਹਾੜੇ ਗੁੰਡਾਗਰਦੀ ਕਰਦੇ ਹੈਗੇ ਸ਼ੇਮ ਆਨ ਤੁਸੀਂ ਕੁਲਬੀਰ ਕੌਰ ਜੀ ਜਿਹੜਾ ਅੱਜ ਵਾਲਾ ਮਸਲਾ ਵੈਤੇ ਤੇ ਵੀ ਗੱਲ ਕਰਨੀ ਚਾਹੋਗੇ ਕਿ 905 ਜੀ ਟੋਲ ਫਰੀ ਹੈਲਪਲਾਈਨ ਹੈ ਉਹਦਾ ਕਿੰਨਾ ਫਾਇਦਾ ਹੋ ਰਿਹਾ ਉਹਦਾ that is all crap ਮਤਲਬ that is just ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਗੱਲ ਹੈਗੀ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਹੁਣ ਬਾਹਰਲੇ ਮੁਲਕਾਂ ਦੇ ਵਿੱਚ ਹਵਾ ਉਹਨਾਂ ਦੇ ਖਿਲਾਫ ਚੱਲ ਰਹੀ ਹੈ ਇਹ ਸਿਰਫ ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਗੱਲ ਆ ਜਦੋਂ ਸਮਾਗਮ ਹੁੰਦੇ ਆ ਉਦੋਂ ਕੀ ਕਰਦੇ ਆ ਇਹ ਲੋਕ ਅੱਜ ਮੈਨੂੰ ਲੱਗਦਾ ਕੁਲਬੀਰ ਕੌਰ ਜੀ ਬਹੁਤ ਗੁੱਸੇ 'ਚ ਆ ਕੁਲਬੀਰ ਕੌਰ ਜੀ ਬਿਲਕੁਲ ਠੀਕ ਹੈ ਗੱਲ ਤੁਹਾਡੀ ਕੀ ਮੋਰਲ ਇਨਫੈਕਟ ਡਿਊਟੀ ਬਣਦੀ ਆ ਵੀ ਜੇ ਲੋਕਾਂ ਦਾ ਮਸਲੇ ਹੱਲ ਨਹੀਂ ਹੋ ਰਹੇ ਤੇ ਫਿਰ ਇੱਕ ਜਿਹੜਾ ਜਿਹੜਾ ਸੱਤਾ ਦੇ ਵਿੱਚ ਜਿਹੜਾ ਉੱਪਰਲੀ ਕੁਰਸੀ ਤੇ ਬੈਠਾ ਵਾ ਜਿਹੜਾ ਵਾ ਰਾਜਾ ਤੇ ਨਹੀਂ ਮੈਂ ਕਹੂੰਗਾ ਜਿਹੜਾ ਵੀ ਮੁੱਖ ਮੰਤਰੀ ਆ ਉਹਦੀ ਇੱਕ ਉਹਦੇ ਵਾਸਤੇ ਇੱਕ ਪਦਮ ਭੂਸ਼ਣ ਜਾਂ ਕੋਈ ਅਵਾਰਡ ਲੈਣਾ ਸ਼ਾਇਦ ਸਹੀ ਗੱਲ ਨਹੀਂ ਪ੍ਰੋਬਲਮ ਸੀ ਇੰਨੀਆਂ ਜ਼ਿਆਦਾ ਵਾ ਸੋ ਇਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਪਹਿਲਾਂ ਤੇ ਹਾਲ ਤੇ ਬਾਤ ਚਾਹੂਗਾ ਜ ਜੇ ਨੂੰ ਤੁਹਾਨੂੰ ਪਹਿਲਾਂ ਪ੍ਰਾਬਲਮ ਦਉ ਪਤਾ ਕਰਨ ਦੀ ਕੋਸ਼ਿਸ਼ ਕਰਨੀ ਹੈ ਔਰ ਪਤਾ ਕਰਨ ਵਾਸਤੇ ਸ਼ਾਇਦ ਜਿੰਨਸ ਤੱਕ ਅਸੀਂ ਲੋਕਾਂ ਦੇ ਵਿੱਚ ਨਹੀਂ ਵਿਚਰਾਂਗੇ ਉਹਨਾਂ ਤੱਕ ਸਾਨੂੰ ਨਹੀਂ ਪਤਾ ਲ ਕੁਲਬੀਰ ਕੌਰ ਜੀ ਬਹੁਤ ਬਹੁਤ ਧੰਨਵਾਦ ਇੱਕ ਹੋਰ ਸੱਜਣ ਸਾਡੇ ਨਾਲ ਨੇ ਔਰ ਦੇਖਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਆ ਹੈਲੋ ਸਾਤਵੀ ਗਰਲ ਸਿੰਧੂ ਸਾਹਿਬ ਮੈਂ ਮਿਸੀਗੱਤੋਂ ਰਿਸ਼ਪਾਲ ਬੋਲਦਾ ਹਾਂ ਜੀ ਰਿਸ਼ਪਾਲ ਜੀ ਸਵਾਗਤ ਹੈ ਸ਼ੋਅ ਦੇ ਵਿੱਚ ਹਾਂ ਤੇ ਮੇਰਾ ਮਤਲਬ ਕਿਥੇ ਹੀ ਕਹਿਣਾ ਬਣਦਾ ਹਾਂ ਹਾਂ ਬੀ ਲੋਕਾਂ ਦੀਆਂ ਪ੍ਰੋਬਲਮਸ ਇੰਨੀਆਂ ਵੱਧ ਗਈਆਂ ਨੇ ਨਾ ਹਾਂ ਹਾਂ ਉਹ ਸਰਕਾਰ ਵਾਸਤੇ ਸੋਲਵ ਕਰਨੀਆਂ ਇੰਨੀਆਂ ਸੌਖੀਆਂ ਨਹੀਂ ਹਨ ਕਿਉਂਕਿ ਹਰੇਕ ਫੰਕਸ਼ਨ ਦੇ ਵਿੱਚ ਜਸਟ ਲਾਈਕ ਹਰੇਕ ਸਟੈਪ ਦੇ ਉੱਤੇ ਇੰਨੇ ਇੱਕ ਪ੍ਰੋਬਲਮਸ ਕ੍ਰੀਏਟ ਹੋ ਗਈਆਂ ਨੇ ਜੀ ਜਿਹੜੇ ਅਸੀਂ ਬਾਹਰ ਬੈਠੇ ਇੱਥੇ ਐਨ ਆਰ ਆਈ ਸੋਚਦੇ ਹਾਂ ਨਾ ਵੀ ਆਰ ਇਨ ਅ ਰਾਈਟ ਲिटल ਬਿਟ ਗੁੱਡ ਪੋਜੀਸ਼ਨ ਹਾਂਜੀ ਬਟ ਵੀ ਆਰ ਓਵਰ ਐਸਟੀਮੇਟਿੰਗ ਫਰਮ ਦ ਗਵਰਨਮੈਂਟ देयर ਜੀ ਜੇ ਆਪਣੇ ਕੋਲ ਇੱਥੇ ਰਾਈਟਸ ਨੇ ਨਾ ਤਾਂ ਡਿਊਟੀਆਂ ਵੀ ਹੁੰਦੀਆਂ ਨੇ ਜੀ ਹਾਂ ਤੇ ਉਹ ਦੋਨਾਂ ਨੂੰ ਬਰਾਬਰ ਰੱਖ ਕੇ ਚੱਲਣਾ ਚਾਹੀਦਾ ਦੇਖੋ ਨਾ ਜਿਹੜੇ ਕਰਸਾਨ ਦਾ ਹੁਣੇ-ਹੁਣੇ ਇੱਕ ਮਤਲਬ ਬੀਬੀ ਨੇ ਗੱਲ ਕੀਤੀ ਸੀ ਕਿ ਉਹਨੇ ਸੁਸਾਈਡ ਕੀਤੀ ਆ ਜੀ ਉਹ ਕਿਸੇ ਪਿੰਡ ਦਾ ਨਮਾਇੰਦਾ ਉਸ ਪਿੰਡ ਦੀ ਪੰਚਾਇਤ ਵੀ ਆ ਕੋਈ ਉਸਤੂ ਗਾਹਾਂ ਮਲਾ ਕੋਈ ਡਿਸਟ੍ਰਿਕਟ ਲੈਵਲ ਵੀ ਆ ਕੋਈ ਉਦੋਂ ਗਰ ਮਿਨਿਸਟਰੀ ਵੀ ਆ ਠੀਕ ਹੈ ਬਿਲਕੁਲ ਕਿਉਂ ਨਹੀਂ ਕਿਸੇ ਤੱਕ ਪਹੁੰਚ ਕੀਤੀ ਜਾਂਦੀ ਜਦੋਂ ਕੋਈ ਅਜਿਹੀ ਪ੍ਰੋਬਲਮ ਕ੍ਰੀਏਟ ਹੁੰਦੀ ਆ ਵਾਈ ਦਾ ਪੀਪਲ ਗੋ ਇਨਟੂ ਸੱਚ ਸੈਡਨੈਸ ਪੋਜੀਸ਼ਨ ਥੈਟ ਹੀ ਕਮਿਟਸ ਸੁਸਾਈਡ ਕੋਈ ਕੋਈ ਚਾਂਸ ਲੋਕਾਂ ਦੀਆਂ ਪ੍ਰੋਬਲਮਸ ਇੰਨੀਆਂ ਵਧੀਆਂ ਹੋਈਆਂ ਨੇ ਨਾ ਉਹ ਕਾਰਨ ਕੋਈ ਹੋਰੋਂ ਦਾ ਬਣਾ ਲੈਂਦੇ ਨੇ ਇਸ ਤਰ੍ਹਾਂ ਦੀ ਪੋਜੀਸ਼ਨ ਬਿਲਕੁਲ ਬਿਲਕੁਲ ਮੈਂ ਕੋਰਸ਼ਪਾਲ ਜੀ ਮੈਂ ਤੁਹਾਡੇ ਨਾਲ ਸਹਿਮਤ ਆ ਪ੍ਰੋਬਲਮਸ ਬਹੁਤ ਜ਼ਿਆਦਾ ਵਧ ਗਈਆਂ ਆ ਔਰਨ ਨੂੰ ਹੱਲ ਕਰਨਾ ਕਾਫੀ ਮੁਸ਼ਕਲ ਹੈ ਪਰ ਮੇਰੇ ਖਿਆਲ ਕਿਥੋਂ ਤੇ ਸ਼ੁਰੂਆਤ ਆਪਨੂੰ ਕਰਨੀ ਪੈਣੀ ਆ ਸੋ ਮੇਰੇ ਖਿਆਲ ਆ ਜੇ ਅਸੀਂ ਇਹ ਹੈਲਪਲਾਈਨ ਸ਼ੁਰੂ ਕੀਤੀ ਆ ਤੇ ਚੰਗੀ ਗੱਲ ਆ ਲੇਕਿਨ ਇਹ ਜ਼ਰੂਰ ਤੁਸੀਂ ਸਹੀ ਕਿਹਾ ਕਿ ਮੇਰੇ ਖਿਆਲ ਸਾਨੂੰ ਪ੍ਰੋਬਲਮਸ ਦੀ ਜਿਹੜੀ ਗ੍ਰਿਵੈਂਸਸ ਸੈਲ ਵੱਖਰੇ ਵੱਖਰੇ ਲੈਵਲ ਤੇ ਬਣਾਉਣੇ ਚਾਹੀਦੇ ਆ ਉਪ ਮੁੱਖ ਮੰਤਰੀ ਨੇ ਤੇ ਆਪਣਾ ਗ੍ਰਿਵੈਂਸ ਸੈਲ ਇੱਕ ਤਰੀਕੇ ਨਾਲ ਬਣਾ ਲਿਆ ਪਰ ਇਹੋ ਜੇ ਸੈਲ ਜਿਹੜੇ ਆ ਹਰ ਮੰਤਰਾਲੇ ਦੇ ਵਿੱਚ ਹਰ ਮੰਤਰੀ ਦੇ ਹਰ ਡਿਪਾਰਟਮੈਂਟ ਦੇ ਵਿੱਚ ਹਰ ਬਲਾਕ ਦੇ ਵਿੱਚ ਹਰ ਪਿੰਡ ਦੇ ਵਿੱਚ ਹੋਣੀ ਚਾਹੀਦੀ ਆ ਸੋਦਰ ਜੇ ਕਿਸੇ ਦਾ ਮਸਲਾ ਹੋਵੇ ਤੇ ਇਮੀਡੀਏਟਲੀ ਉਹ ਹੱਲ ਕੀਤਾ ਜਾ ਸਕੇ ਤੁਸੀਂ ਸਹੀ ਕਿਹਾ ਕਿ ਇਹ ਜਿਹੜੇ ਪ੍ਰੋਬਲਮ ਜਿਹੜੇ ਕਿਸਾਨ ਨੇ ਖੁਦਕਿਸ਼ੀ ਕੀਤੀ ਆ ਜੇ ਉਥੋਂ ਦੀ ਪੰਚਾਇਤ ਉਥੋਂ ਦੀ ಗ್ರಾಮ ਪੰਚਾਇਤ ਉਥੋਂ ਦਾ ਬੀਡੀਪੀਓ ਉਥੋਂ ਦਾ ਐਸਡੀਐਮ ਜਾਂ ਜਿਹੜਾ ਉਥੋਂ ਦਾ ਐਮਐਲਏ ਆ ਜਾਂ ਮਨਿਸਟਰ ਆ ਉਹ ਜੇ ਉਹਨਾਂ ਤੱਕ ਹਮੇਸ਼ਾ ਉਹਨਾਂ ਦਾ ਰਾਫਤਾ ਬਣਾ ਕੇ ਰੱਖਦੇ ਤੇ ਸ਼ਾਇਦ ਇਹ ਖੁਦਕਿਸ਼ੀ ਨਾ ਹੁੰਦੀ ਇਸ ਬੰਦੇ ਦੀ ਜਾਨ ਬਚ ਸਕਦੀ ਸੀ ਸੋ ਇਹ ਮੇਰਾ ਖਿਆਲ ਹੈ ਵੇਰੀਅਸ ਲੈਵਲਸ ਤੇ ਸਾਨੂੰ ਇਹੋ ਜੇ ਸਿਸਟਮ ਬਣਾਉਣੇ ਪੈਣਗੇ ਨਾ ਕਿ ਤੁਸੀਂ ਇੱਕ ਹਾਈਐਸਟ ਲੈਵਲ ਤੇ ਸਟੇਟ ਲੈਵਲ ਤੇ ਤੁਸੀਂ ਮੁੱਖ ਮੰਤਰੀ ਆ ਉਪ ਮੁੱਖ ਮੰਤਰੀ ਇੱਕ ਲੈਵਲ ਬਣਾ ਦੇਣ ਕਿਉਂਕਿ ਹਰ ਬੰਦਾ ਆਫਟਰ ਆਲ ਜੇ ਸਾਰੀ ਪੋਪੂਲੇਸ਼ਨ ਉਥੋਂ ਤੱਕ ਪਹੁੰਚ ਕਰਨ ਲੱਗ ਪੂਗੀ ਤੇ ਫਿਰ ਮੇਰੇ ਖਿਆਲ ਬਾਕੀ ਸਾਰੀ ਸਿਸਟਮ ਜਿਹੜਾ ਉਹ ਕਲਾਪਸ ਕਰ ਸਕਦੀ ਬਹੁਤ ਵਧੀਆ ਤੁਸੀਂ ਇਹ ਗੱਲ ਜਿਹੜੀ ਆ ਕੀਤੀ ਆ ਇਨਫੈਕਟ ਮੇਰਾ ਖਿਆਲ ਹੈ ਇੱਕ ਸਿਸਟਮੈਟਿਕ ਸਿਸਟਮ ਦੇ ਵਿੱਚ ਚੇਂਜ ਲਿਆਉਣ ਦੀ ਸਾਨੂੰ ਲੋੜ ਆ ਇਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਇੱਕ ਹੋਰ ਸੱਜਣ ਸਾਡੇ ਨਾਲ ਨੇ ਔਰ ਦੇਖਦੇ ਹਾਂ ਉਹਨਾਂ ਦਾ ਕੀ ਪ੍ਰਸਤਾਵ ਹੈ ਹੈਲੋ ਹੈਲੋ ਸਸੀ ਕਪਾ ਜੀ ਸਸੀ ਕਾਲ ਜੀ ਮੈਂ ਜਤਿੰਦਰ ਬੋਲ ਰਿਹਾ ਜੀ ਲਾਸ Ăਂਜਲਸ ਤੋਂ ਹਾਂਜੀ ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਮੈਂ ਮੇਰਾ ਤਾਂ ਕੋਈ ਐਡਾ ਐਕਸਪੀਰੀਅੰਸ ਨਹੀਂ ਹੈ ਕਿ ਵੀ ਮੈਨੂੰ ਕੋਈ ਪ੍ਰੋਬਲਮ ਹੋਵੇ ਜਿਹੜਾ ਮੈਂ ਕਾਲ ਕੀਤਾ ਹੋਵੇ ਜਾਂ ਮੈਨੂੰ ਕੀਤਾ ਹੋਵੇ ਪਰ ਮੈਂ ਆਪਣਾ ਇੱਥੋਂ ਦਾ ਐਕਸਪੀਰੀਅੰਸ ਦੱਸਦਾ ਹਾਂ ਕਿਉਂਕਿ ਸਾਡੇ ਇੱਥੇ ਨੇਚਰਲ ਡਿਜ਼ਾਸਟਰਸ ਬਹੁਤ ਆਉਂਦੇ ਆ ਲਾਸ ਐਂਜਲਸ ਦੇ ਵਿੱਚ ਤੁਹਾਨੂੰ ਪਤਾ ਕੋਈ ਇੱਕ ਉੱਪਰ ਆਓ ਮਾ ਵੱਲ ਟਰਨੇਡੋਸ ਐਂਡ ਅਦਰਸ ਪਰ ਇੱਥੇ ਇੱਕ ਏਜੰਸੀ ਹੈ ਫੈਡਰਲ ਏਜੰਸੀ ਸੀਮਾ ਫੈਡਰਲ ਐਮਰਜੈਂਸੀ ਹੈਲਪ ਦੇ ਲਈ ਆ ओके ਇੰਟਰ ਦਾ ਕੋਈ ਸਿਸਟਮ ਹੋਣਾ ਚਾਹੀਦਾ ਹੈ ਜਿਹੜਾ ਜਦੋਂ ਕੋਈ ਨੇਚਰਲ ਡਿਜ਼ਾਸਟਰ ਆਉਂਦਾ ਉਹ ਉੱਥੇ ਐਮਰਜੈਂਸੀ ਡਿਕਲੇਅਰ ਕਰਨ ਤਾਂ ਕਿ ਸੈਂਟਰਲ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਇੱਕ ਅਲੋਕੇਸ਼ਨ ਕਰੇ ਅਮਾਉਂਟ ਕਿਹਦੇ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਦੇ ਲੋਨਸ ਨੇਜ ਹੁਣ ਮੇਰਾ ਸਾਡਾ ਘਰ ਵੀ ਬਹੁਤ ਉਸਤਾਨ ਹੋਇਆ ਸੀ 94 ਅਪਕুইਕ ਦੇ ਵਿੱਚ ਜੀ ਤੇ ਆਪਟੀਮਾ ਦੇ ਅੰਡਰ ਮੈਨੂੰ ਕਾਫੀ ਪੈਸਾ ਮਿਲਿਆ ਉਹਦੇ ਤੋਂ ਤੇ ਜੀਰਨ ਆ ਮੈਂ ਰਿਪੇਅਰ ਕਰ ਸਕਿਆ ਬਿਲਕੁਲ ਬਹੁਤ ਬਹੁਤ ਅੱਛਾ ਸੁਝਾਅ ਆ ਤੁਹਾਡਾ ਬਹੁਤ ਅੱਛਾ ਸੁਝਾਅ ਆ ਕਿ ਇਹੋ ਜੀ ਏਜੰਸੀ ਹੋਣੀ ਚਾਹੀਦੀ ਆ ਵੀ ਜਦੋਂ ਵੀ ਕੋਈ ਨੈਚੁਰਲ ਡਿਜ਼ਾਸਟਰ ਜਾਂ ਪ੍ਰੋਬਲਮ ਆਉਂਦੀ ਆ ਇਕ ਦਮ ਉਹ ਹਰਕਤ ਚਾਜਵੇ ਔਰ ਲੋਕਾਂ ਤੱਕ ਪਹੁੰਚ ਕਰ ਸਕੇ ਇੱਥੇ ਜਦੋਂ ਵੀ ਇਨਫੈਕਟ بارشਾਂ ਬੇਮੌਸਮੀ بارشਾਂ ਹੁੰਦੀਆਂ ਜਾਂ ਮੌਸਮ ਖਰਾਬ ਹੋ ਜਾਂਦਾ ਜਾਂ ਹੋਰ ਕੋਈ ਅਰਥਕ ਕਹਿ ਇਹੋ ਜਿਹੀ ਕੋਈ ਪ੍ਰੋਬਲਮ ਆਉਂਦੀ ਆ ਇੱਕ ਸਮਾਂ ਲੱਗਦਾ ਵਾ ਕਈ ਕਈ ਮਹੀਨੇ ਲੱਗ ਜਾਂਦੇ ਆ ਲੋਕਾਂ ਤੱਕ ਸਰਕਾਰਾਂ ਜਿਹੜੀਆਂ ਉਹ ਪਹੁੰਚ ਕਰਦੀਆਂ ਫਿਰ ਰੀਲੀਫ ਫੰਡ ਸ਼ੁਰੂ ਹੁੰਦੇ ਆ ਫਿਰ ਸਰਕਾਰਾਂ ਜਿਹੜੀਆਂ ਵਾ ਇੱਕ ਸਪੈਸ਼ਲ ਗਰਦੌਵਰੀ ਕਰਦੀਆਂ ਫਿਰ ਲੋਕਾਂ ਤੱਕ ਪਹੁੰਚ ਕਰਦੀਆਂ ਇੱਕ ਨੈਚੁਰਲ ਜਿਹਾ ਸਿਸਟਮ ਬਣ ਜੇ ਕਿ ਦਿਨਾਂ ਦੇ ਵਿੱਚ ਹੀ ਕੋਈ ਨਾ ਕੋਈ ਮਦਦ ਜਿਹੜੀ ਆ ਲੋਕਾਂ ਨੂੰ ਮਿਲਣ ਲੱਗ ਪੇ ਤੇ ਲੋਕਾਂ ਨੂੰ ਲੱਗੂਗਾ ਪੀਐਸਏ ਦੀ ਸਰਕਾਰ ਸਾਡੇ ਵਾਸਤੇ ਕੇਅਰ ਕਰਦੀ ਆ ਇਹੋ ਜੀ ਫੀਲਿੰਗ ਜਿਹੜੀ ਆ ਉਹ ਮੇਰੇ ਖਿਆਲ ਲੋਕਾਂ ਚ ਲਿਆਉਣੀ ਬੜੀ ਜ਼ਰੂਰੀ ਹੈ ਇਸ ਵੇਲੇ ਇਹੋ ਜੀ ਫੀਲਿੰਗ ਬਿਲਕੁਲ ਨਹੀਂ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਉਥੋਂ ਦਾ ਐਕਸਪੀਰੀਅੰਸ ਸ਼ੇਅਰ ਕੀਤਾ ਡੈਫੀਨਿਟਲੀ ਅਸੀਂ ਸਾਰੇ ਇਹੋ ਜੀਆਂ ਚੀਜ਼ਾਂ ਤੋਂ ਇੱਕ ਦੂਜੇ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖ ਸਕਦੇ ਹਾਂ ਸੋ ਇਹ ਮਸਲਾ ਅਸੀਂ ਕਿ ਜਿਹੜੀ ਸੁਖਬੀਰ ਸਿੰਘ ਬਾਦਲ ਨੇ ਹੈਲਪਲਾਈਨ ਸ਼ੁਰੂ ਕੀਤੀ ਆ ਉਹ ਫਾਇਦੇਮੰਦ ਕਿੰਨੀ ਕੁ ਫਾਇਦੇਮੰਦ ਆ ਕਿੰਨੀ ਕਾਰਗਰਿਆ ਇਹ ਮਸਲਾ ਆਪਾਂ ਵਿਚਾਰਦੇ ਰਾਵਾਂਗੇ ਪਰ ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਮੈਂ ਜਲਦ ਵਾਪਸ ਆ ਕੇ ਇਸੇ ਗੱਲ ਮਸਲੇ ਤੇ ਦੁਬਾਰਾ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਹੈਲੋ ਗਲੋਬਲ ਪੰਜਾਬ ਸ਼ੋਅ ਦੇ ਵਿੱਚ ਤੁਹਾਡੇ ਇੱਕ ਵਾਰ ਫਿਰ ਸਵਾਗਤ ਹੈ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਹੈਲਪਲਾਈਨ ਸ਼ੁਰੂ ਕੀਤੀ ਗਈ ਆ ਉਹ ਕਿੰਨੀ ਕੁ ਫਾਇਦੇਮੰਦ ਸਾਬਤ ਹੋ ਰਹੀ ਆ ਇਹਦੇ ਤੇ ਵੱਖਰੇ ਵੱਖਰੇ ਵਿਚਾਰ ਆ ਰਹੇ ਨੇ ਕੁਝ ਲੋਕਾਂ ਨੇ ਦੱਸਿਆ ਕਿ ਉਹਨਾਂ ਦਾ ਅੱਛਾ ਐਕਸਪੀਰੀਅੰਸ ਵੀ ਆ ਲੇਕਿਨ ਬਹੁਤੇ ਲੋਕ ਇਹ ਕਹਿ ਰਹੇ ਨੇ ਕਿ ਇਹਦਾ ਕੋਈ ਬਹੁਤਾ ਫਾਇਦਾ ਨਹੀਂ ਪ੍ਰੋਬਲਮਸ ਹੀ ਨੀਆਂ ਜ਼ਿਆਦਾ ਹੋ ਗਈ ਇਨਾ ਸੌਖਾ ਹਾਲ ਨਹੀਂ ਲੱਭਿਆ ਜਾ ਸਕਦਾ ਬਹੁਤ ਸਾਰੇ ਸੱਜਣ ਸਾਡੇ ਨਾਲ ਨੇ ਇਸ ਵੇਲੇ ਔਰ ਉਹਨਾਂ ਦੇ ਵਿਚਾਰ ਸੁਣਦੇ ਆ ਕੀ ਨੇ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸੰਤੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਰஞ்சிਤ ਬੋਲਦਾ ਮਸ਼ੀਗਾਂ ਤੋਂ ਰஞ்சிਤ ਹਾਂਜੀ ਹਾਂਜੀ ਰஞ்சிਤ ਜੀ ਦੱਸੋ ਕੀ ਕਹਿਣਾ ਚਾਹੁੰਦੇ ਜੀ ਤੁਹਾਡਾ ਪ੍ਰੋਗਰਾਮ ਰੋਜ਼ ਸੁਣਦਾ ਐਕਚੁਅਲੀ ਪਹਿਲੀ ਵਾਰ ਤੁਹਾਨੂੰ ਟੈਲੀਫੋਨ ਕੀਤਾ ਹਾਂਜੀ ਹਾਂਜੀ ਭਾਈ ਜਾਨ ਹਾਂਜੀ ਤੁਸੀਂ ਬਹੁਤ ਵਧੀਆ ਮਸਲੇ ਲੈ ਕੇ ਆਉਨੇ ਆ ਮਿਹਰਬਾਨੀ ਕਿੰਨੀ ਦੇਰ ਕਿੰਨੀ ਦੇਰ ਹੋ ਗਈ ਤੁਹਾਨੂੰ ਉੱਥੇ ਮੈਨੂੰ 15 ਸਾਲ ਹੋ ਗਿਆ ਜੀ ਕਿ ਆ ਨੂੰ ਓਕੇ ਤੇ ਇਥੋਂ ਕਿੱਥੋਂ ਗਏ ਤੁਸੀਂ ਮੈਂ ਕਿ ਲੀ ਇੰਗਲੈਂਡ ਤੋਂ ਉਹ ਆ ਕੇ ਕਿਹੜੀ ਜਗ੍ਹਾ ਤੋਂ ਇੰਗਲੈਂਡ ਅੱਛਾ ਇੰਗਲੈਂਡ ਤੇ ਇੱਥੇ ਇੰਡੀਆ ਤੋਂ ਕਿੱਥੋਂ ਕਿਦੋਂ ਦੇ ਗਏ ਤੁਸੀਂ ਇੰਡੀਆ ਤੋਂ ਮੈਂ 77 ਦਾ ਬਾਹਰ ਆਇਆ ਜੀ ਓਕੇ ਓਕੇ ਹਾਂਜੀ ਰਣਜੀਤ ਜੀ ਦੱਸੋ ਕੀ ਕਹਿਣਾ ਚਾਹੁੰਦੇ ਜੀ ਅੱਜ ਦੇ ਮਸਲੇ ਤੇ ਆ ਪਾਈ ਸਾਹਿਬ ਮੈਂ ਇਹ ਮੋਲੇ ਦਿਮਾਗ ਹੁੰਦੀ ਹੈ ਤੁਹਾਡਾ ਮੈਂ ਰੋਜ਼ ਪ੍ਰੋਗਰਾਮ ਸੁਣਦਾ ਹਾਂ 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 ਇੱਕ ਮੁੱਖ ਮੰਤਰੀ 25 ਸਾਲ ਸੱਤਾ ਦੇ ਵਿੱਚ ਰਹਿੰਦੇ ਆ ਜੀ ਤੇ ਹਾਲੇ ਵੀ ਉਹ ਉਹਨਾਂ ਦੀ ਆਪਣੀ ਜਿਹੜੀ ਉਹਨਾਂ ਦਾ ਆਪਣਾ ਸਟੇਟਸ ਕਿੱਥੇ ਤੱਕ ਪਹੁੰਚ ਗਿਆ ਹੈ ਆਪਣੀ ਉਹਦੇ ਫੈਮਿਲੀ ਦਾ ਕਿੱਥੇ ਤੱਕ ਪਹੁੰਚ ਗਿਆ ਤੇ ਬਾਕੀ ਪੰਜਾਬ ਕਿੱਥੇ ਤੱਕ ਪਹੁੰਚਿਆ ਤੁਸੀਂ ਉਹਨੂੰ ਦੇਖ ਸਕਦੇ ਆ ਕਿ ਉਹਨਾਂ ਨੇ ਕਿੰਨੀਆਂ ਪ੍ਰੋਬਲਮ ਕ੍ਰੀਏਟ ਕੀਤੀਆਂ ਉਹਨਾਂ ਨੇ ਤੁਹਾਡੇ ਬੜੇ ਬੜੇ ਇੰਟਰਸਟਿੰਗ ਆਬਜ਼ਰਵੇਸ਼ਨ ਹੈ ਤੁਹਾਡੀ ਕਿ ਇੰਨੇ ਸਾਲ ਉਹਨਾਂ ਨੂੰ ਸੱਤਾ 'ਚ ਹੋ ਗਏ ਉਹਨਾਂ ਦਾ ਆਪਣਾ ਫੈਮਿਲੀ ਦਾ ਸਟੇਟਸ ਕਿੱਥੇ ਪਹੁੰਚ ਗਿਆ ਤੇ ਬਾਕੀ ਰਾਜ ਜਿਹੜਾ ਵਾ ਉਹ ਕਿੱਥੇ ਅਸਲ ਬੈਠਾ ਲੋਕੀ ਬਾਕੀ ਰਾਜ ਦੇ ਜਿਹੜੇ ਲੋਕ ਨੇ ਉਹਨਾਂ ਦਾ ਸਟੇਟਸ ਐਸ ਵੇਲੇ ਕੀ ਹੈ ਬਹੁਤ ਇੰਟਰਸਟਿੰਗ ਆਬਜ਼ਰਵੇਸ਼ਨ ਹੈ ਤੁਹਾਡੀ ਇਨਫੈਕਟ ਤੁਸੀਂ ਕੀ ਸੁਝਾਅ ਦੇਣਾ ਚਾਹੁੰਦੇ ਜੇ ਪੀ ਲੋਕਾਂ ਦਾ ਸਟੇਟਸ ਵੀ ਕਿਵੇਂ ਵੱਧ ਸਕਦਾ ਦੇਖੋ ਜੀ ਦੇਖੋ ਜੇ ਆਪਣੇ ਜੇ ਤੁਹਾਡਾ ਮਨ ਸਾਫ਼ ਹੈ ਤਾਂ ਸਭ ਕੁਝ ਹੋ ਸਕਦਾ ਓਕੇ ਜੇ ਮਨ ਸਾਫ ਨਹੀਂ ਤਾਂ ਕੁਝ ਨਹੀਂ ਹੋ ਸਕਦਾ ਕਰਕੇ ਜੇ ਇਹ ਮੈਂ ਕਿਸੇ ਨੂੰ ਇਦਾਂ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਬਹੁਤ ਮਾੜਾ ਕੀਤਾ ਜਾਂ ਕਿਦਾਂ ਪਰ ਉਹਨਾਂ ਨੂੰ ਜੇ ਉਹਨਾਂ ਚੰਗਾ ਕੀਤਾ ਹੁੰਦਾ ਤਾਂ ਅੱਜ ਨੂੰ ਰਿਜ਼ਲਟ ਜੇ ਬਹੁਤ ਵਧੀਆ ਆਉਣੀ ਚਾਹੀਦੇ ਸੋ ਜੇ ਨੀਅਤ ਸਾਫ ਹੋਵੇ ਜੇ ਮਸਲੇ ਹੱਲ ਕਰਨ ਦੇ ਆ ਜੇ ਰਿਜ਼ੋਲਵ ਹੋਵੇ ਤੇ ਡੈਫੀਨਿਟਲੀ ਮਸਲੇ ਹੱਲ ਹੋ ਸਕਦੇ ਬਿਲਕੁਲ ਸਹੀ ਕਿਹਾ ਤੁਸੀਂ ਰੰਜੀਜੀ ਧੰਨਵਾਦ ਇੱਕ ਹੋਰ ਸੱਜਣ ਸਾਡੇ ਨਾਲ ਨੇ ਆਓ ਦੇਖਦੇ ਹਾਂ ਉਹਨਾਂ ਦਾ ਕੀ ਨਜ਼ਰੀਆ ਵਾ ਹੈਲੋ ਬੜੀ ਐਕਸਟ੍ਰੀਮਲੀ ਸாரி ਮੈਨੂੰ ਦੁਬਾਰਾ ਕਾਲ ਕਰਨੇ ਪਈ ਹੈ ਹਾਂਜੀ ਹਾਂਜੀ ਕੁਲਬੀਰ ਕੌਰ ਜੀ ਹਾਂਜੀ ਕਿਉਂਕਿ ਮੈਂ ਬਹੁਤ ਜ਼ਿਆਦਾ ਹਰਟ ਹੋਈ ਹਾਂ ਅੱਜ ਜਿਹੜੇ ਬਜ਼ੁਰਗ ਦੀ ਜਿਹਨਾਂ ਦੀ ਡੈਥ ਹੋਈ ਹੈਗੀ ਆ ਜੀ ਤੇ ਗੱਲ ਇਹ ਹੈਗੀ ਆ ਵੀ ਜਦੋਂ ਤੁਹਾਡੇ ਅੱਗ ਲੱਗੀ ਘਰੇ ਉਦੋਂ ਤਾਂ ਅੱਗ ਹੈ ਜਦੋਂ ਦੂਜੇ ਦੇ ਘਰ ਲੱਗੀ ਅੱਗ ਉਹ ਤਮਾਸ਼ਾ ਹੈਗਾ ਜਦੋਂ ਤਾਂ ਮਜੀਠੀਆ ਫਸਿਆ ਉਦੋਂ ਬੜਾ ਇਹਨਾਂ ਨੇ ਭੱਜ ਨਾਕ ਕਰਤੀ ਈਡੀਓ ਵੀ ਬਦਲ ਫਲਾਣਾ ਵੀ ਕਰ ਠਾਣਾ ਵੀ ਕਰ ਹਨਾ ਤੇ ਜਦੋਂ ਇਹਦੀ ਆਰਬਿਟ ਬੱਸ ਫਸੀ ਉਦੋਂ ਵੀ ਮਤਲਬ ਝੂਠੇ ਬਿਆਨ ਵੀ ਦੇ ਹੋਗੇ ਹੁਣ ਜਦੋਂ 8 ਕਰੋੜ ਸਿਰਫ ਇੱਕ ਫੋਟੋ ਲਾਉਣ ਵਾਸਤੇ ਅੱਜ ਕੱਲ ਇੰਨਾ ਫ੍ਰੀ ਮੀਡੀਆ ਹੈਗਾ ਫੇਸਬੁੱਕ ਹੈਗਾ ਟਵਿੱਟਰ ਹੈਗਾ ਉਹਦੇ ਤੇ ਜਿੰਨੀ ਮਰਜ਼ੀ ਬਾਦਲ ਆਪਣੀਆਂ ਫੋਟੋਆਂ ਲਾ ਲੈਣ 8 ਕਰੋੜ ਜਿਹੜਾ ਹੈਗਾ ਉਹ ਜੇ ਨਾ ਕਿਸਾਨਾਂ ਨੂੰ ਮਿਲੇ ਤਾਂ ਉਹ ਮਰਨਾ ਕਿਸੇ ਦਾ ਪਿਓ ਕਿਸੇ ਦਾ ਭਾਈ ਕਿਸੇ ਦਾ ਪੁੱਤ ਮਰੂਗਾ ਨਹੀਂ ਹੈਗਾ ਇਸ ਕਰਕੇ ਮੈਨੂੰ ਬਹੁਤ ਜ਼ਿਆਦਾ ਮੈਂ ਹਰਟ ਹੋਈ ਹੈ ਇਸ ਗੱਲ ਕਰਕੇ ਕਿਉਂਕਿ ਅਸੀਂ ਵੀ ਜ਼ਿੰਮੇਵਾਰ ਪਰਿਵਾਰਤ ਹੈਗੇ ਆਈ ਡੋਨਟ ਵਾਂਟ ਟੂ ਸੀ ਐਨੀਬਾਡੀ ਡਾਈਇੰਗ ਬਿਕਾਜ਼ ਆਫ ਥਿਸ ਬਿਲਕੁਲ ਠੀਕ ਹੈ ਬਿਲਕੁਲ ਸਹੀ ਕਿਹਾ ਤੁਸੀਂ ਪੈਸਾ ਜਿਹੜਾ ਵਾ ਇੱਕ ਇੱਕ ਪੈਸਾ ਵੀ ਜੇ ਆਪਾਂ ਬਚਾਈਏ ਤੇ ਬਹੁਤ ਕਿਸੇ ਨਾ ਕਿਸੇ ਦੀ ਮਦਦ ਹੋ ਸਕਦੀ ਆ ਇਨਫੈਕਟ ਜਿੱਥੇ ਵੀ ਫਜ਼ੂਲ ਖਰਚੀ ਹੋ ਰਹੀ ਆ ਔਰ ਇਸ ਕੇਸ ਦੇ ਵਿੱਚ ਮੈਂ ਬਾਕੀ ਦਰਸ਼ਕਾਂ ਨੂੰ ਦੱਸਣਾ ਚਾਹਣਾ ਵਾ ਜੋ ਕੁਲਬੀਰ ਕੋ ਰੈਫਰ ਕਰ ਰਿਹਾ ਉਹ ਇਹ ਹੈ ਕਿ ਐਮਬੂਲੈਂਸ ਸਕੀਮ ਸਰਕਾਰ ਜਿਹੜੀ ਆ ਕਰੀਬ 7 7.5 ਤੋਂ 8 ਕਰੋੜ ਰੁਪਈਆ ਹਰ ਸਾਲ ਸਰਕਾਰਾਂ ਨੂੰ ਰਾਜ ਸਰਕਾਰਾਂ ਨੂੰ ਦਿੰਦੀ ਆ ਪੰਜਾਬ ਸਰਕਾਰ ਨੂੰ ਦੇਣਾ ਚਾਹੁੰਦੀ ਆ ਐਮਬੂਲੈਂਸ ਸਕੀਮ ਚਲਾਉਣ ਵਾਸਤੇ ਲੇਕਿਨ ਸਰਕਾਰ ਨੇ ਕਿਹਾ ਵਾ ਪੀ ਐਮਬੂਲੈਂਸ ਸਕੀਮ ਜਿਹੜੀ ਇੱਕ ਸੈਂਟਰ ਦੀ ਸਕੀਮ ਆ ਇਹਦੇ ਤੇ ਕਿਸੇ ਮੁੱਖ ਮੰਤਰੀ ਦੀ ਜਾਂ ਕਿਸੇ ਸੱਜਣ ਦੀ ਫੋਟੋ ਨਹੀਂ ਹੋਣੀ ਚਾਹੀਦੀ ਉਹਨਾਂ ਕਿਹਾ ਕਿ ਜੇ ਤੁਹਾਨੂੰ 7.5 ਜਾਂ 8 ਕਰੋੜ ਰੁਪਏ ਚਾਹੀਦਾ ਵਾ ਇਹ ਗ੍ਰਾਂਟ ਚਾਹੀਦੀ ਆ ਤੇ ਮੁੱਖ ਮੰਤਰੀ ਦੀ ਫੋਟੋ ਐਮਬੂਲੈਂਸ ਜਿਹੜੀ 108 ਐਮਬੂਲੈਂਸ ਹੈ ਉਹਦੇ ਤੇ ਹਟਾਈ ਜਾਵੇ ਲੇਕਿਨ ਹਾਲੀ ਤੱਕ ਸਰਕਾਰ ਨੇ ਇਹਨੂੰ ਹਟਾਇਆ ਨਹੀਂ ਇਹਦੇ ਕਰਕੇ ਉਹ ਜਿਹੜੀ ਗ੍ਰਾਂਟ ਆ ਉਹ ਹੁਣ ਜਿੰਨਾ ਚਿਰ ਤੱਕ ਨਹੀਂ ਹਟਾਉਣਗੀ ਗ੍ਰਾਂਟ ਨਹੀਂ ਆਊਗੀ ਸੋ ਕੁਲਬੀਰ ਕੌਰ ਇਹ ਕਹਿ ਰਹੇ ਆ ਕੀ 8 ਕਰੋੜ ਰੁਪਈਆ ਕਾਫੀ ਰੁਪਈਆ ਹੁੰਦਾ ਵਾ ਇਹ ਲੋਕਾਂ ਤੱਕ ਜੇ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋ ਸਕਦੀਆਂ ਖੁਦਕਸ਼ੀਆਂ ਨਹੀਂ ਕਰਨਗੇ ਔਰ ਸਿਰਫ ਆਪਣੀ ਫੋਟੋ ਵਾਸਤੇ ਇਹ ਜ਼ਿੱਦ ਕਰਕੇ ਇਹ ਗ੍ਰਾਂਟ ਜਿਹੜੀ ਆ ਇਹਨੂੰ ਨਾ ਨਹੀਂ ਕਰਨੀ ਚਾਹੀਦੀ ਇਹ ਸਿਰਫ ਇਹੋ ਹੀ ਨਹੀਂ ਮੇਰਾ ਖਿਆਲ ਹੋਰ ਵੀ ਜਿਹੜੇ ਬਹੁਤ ਸਾਰੇ ਫਜ਼ੂਲ ਖਰਚੇ ਹੋ ਰਹੀ ਆ ਇਨਫੈਕਟ ਜਿਹੜੀ ਸਿਕਿਉਰਿਟੀ ਅਮਲੇ ਦੇ ਉਤੇ ਹਰ ਮਨਿਸਟਰ ਦੇ ਨਾਲ ਇੱਕ ਅੱਗੇ ਜਿਪਸੀ ਚੱਲਦੀ ਆ ਪਿੱਛੇ ਜਿਪਸੀ ਚੱਲਦੀ ਆ ਇਸ ਕਾਰਟ ਵਹੀਕਲ ਚਲਦੇ ਮੇਰੇ ਖਰਿਆਂ ਦੀ ਬਿਲਕੁਲ ਲੋੜ ਨਹੀਂ ਵਾਕਈ ਕਿਸੇ ਨੂੰ ਕੋਈ ਸਿਕਿਉਰਿਟੀ ਦੀ ਕੋਈ ਪ੍ਰੋਬਲਮ ਹੋਵੇ ਵਾਕਈ ਕੋਈ ਕੋਈ ਕਿਸੇ ਨੂੰ ਕੋਈ ਥ੍ਰੈਟ ਹੋਵੇ ਤਾਂ ਉਹਨੂੰ ਤਾਂ ਜ਼ਰੂਰ ਸਿਕਿਉਰਿਟੀ ਚਾਹੀਦੀ ਹੈ ਪਰ ਹਰ ਮੰਤਰੀ ਨੂੰ ਇੱਕ ਸਟੇਟਸ ਵਜੋਂ ਜਿਹੜੀ ਸਿਕਿਉਰਿਟੀ ਦਿੱਤੀ ਆ ਇੱਕ ਪੈਸੇ ਦਾ ਪੈਸੇ ਦੀ ਵੇਸਟ ਆ ਇਹ ਸਾਰਾ ਹੀ ਪੈਸਾ ਜਿਹੜਾ ਵਾ ਇਹ ਕਿਸਾਨਾਂ ਵਾਲੀਆਂ ਜਿਹੜੇ ਵੀ ਕੋਈ ਲੋਕ ਲੋੜਵੰਦ ਲੋਕ ਨੇ ਉਹਨਾਂ ਤੱਕ ਇਹ ਪੈਸਾ ਪਹੁੰਚ ਸਕਦਾ ਬਿਲਕੁਲ ਸਹੀ ਕਿਹਾ ਕੁਲਵਿੰਦਰ ਕੌਰ ਜੀ ਇਨਫੈਕਟ ਤਾਡੀ ਜਿਹੜੀ ਹਰਟ ਹੈ ਬਿਲਕੁਲ ਜੈਨੂਇਨ ਹੈ ਔਰ ਮੇਰੇ ਖਿਆਲ ਅਸੀਂ ਸਾਰੇ ਫੀਲ ਕਰਦੇ ਆਂ ਕਿ ਇਹੋ ਜੀਆਂ ਗੱਲਾਂ ਜਿਹੜੀਆਂ ਵਾਂ ਇਹ ਹੁਣ ਸਮਾਂ ਆ ਗਿਆ ਵਾ ਕਿ ਇਹਨਾਂ ਨਾਲ ਨਿਜਿੱਠੇ ਜਾ ਸਕੇ ਇੱਕ ਹੋਰ ਸੱਜਣ ਸਾਡੇ ਨਾਲ ਨੇ ਦੇਖਦੇ ਆਂ ਉਹਨਾਂ ਦਾ ਕੀ ਨਜ਼ਰੀਆ ਵਾ ਕੀ ਦ੍ਰਿਸ਼ਟੀਕੋਣ ਹੈ ਹੈਲੋ ਹੈਲੋ ਸੰਦਸਾਲ ਸੋਸ਼ੀਕਾਲ ਜਸਕਰ ਬੀ ਸਿੰਘ ਬੋਲ ਰਹੇ ਆਂ ਹਾਂਜੀ ਹਾਂਜੀ ਜਸਜੀ ਕੀ ਹਾਲ ਹੈ ਮਰਬਾਨੀ ਥੈਂਕ ਯੂ ਸੋ ਮੱਚ ਨੀਸੀ ਗੱਲ ਇਹ ਹੈਲਪਲਾਈਨ ਕੇਸ ਵਾਸਤੇ ਬਣੀ ਹੈ ਹੈਲਪਲਾਈਨ ਬਣੀ ਜੀ ਵੀ ਜੇਕਰ ਕੋਈ ਗ੍ਰੀਵੈਂਸਸ ਜਾਂ ਮਸਲੇ ਹੱਲ ਨਹੀਂ ਹੋ ਰਹੇ ਤੇ ਸਾਨੂੰ ਦੱਸੋ ਅਸੀਂ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਛਾ ਜਿਸ ਤਰ੍ਹਾਂ ਹੁਣ ਮੋਗਾ ਕਾਂਡ ਉਹ ਜਿਹੜੀ ਲੜਕੀ ਨੂੰ ਕੁੱਟਿਆ ਗਿਆ ਸੀਗਾ ਪੁਲਿਸ ਵੱਲੋਂ ਜੀ ਅਗਰ ਉਹ ਇਸ ਹੈਲਪਲਾਈਨ ਨੂੰ ਯੂਜ਼ ਕਰੇ ਜੀ ਸ਼ੀ ਵੀ ਬੈਨੇਫਿਟਡ ਫਰਮ ਦਿਸ ਵਨ ਜਿਹੜਾ ਆਪਣੇ ਤਰਨਤਾਰਨ ਵਾਲੀ ਲੜਕੀ ਸੀ ਜਿਹੜੀ ਹਾਂਜੀ ਹਾਂ ਜਿਹਨੂੰ ਪੁਲਿਸ ਨੇ ਕੁੱਟਿਆ ਸੀਗਾ ਜੇ ਉਹਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਜੀ ਤੇ ਉਹ ਇਸ ਹੈਲਪਲਾਈਨ ਨੂੰ ਯੂਜ਼ ਕਰੇ ਤੇ ਉਹਨੂੰ ਕੋਈ ਇਨਸਾਫ ਮਿਲ ਜਾਏਗਾ ਉਸਨੂੰ ਇਹ ਵੈਸੇ ਕੋਸ਼ਿਸ਼ ਕਰਨੀ ਚਾਹੀਦੀ ਜੀ ਕਿ ਜੇ ਉਹ ਹੈਲਪਲਾਈਨ ਤੇ ਕਾਲ ਕਰੇ ਤੇ ਰਿਸਪਾਂਸ ਕਿਹੋ ਜਿਹਾ ਹੋਊਗਾ ਇਹੋ ਹੀ ਮੈਂ ਅੱਗੇ ਵੀ ਗੱਲ ਕੀਤੀ ਆ ਵੀ ਜਿੰਨੇ ਚਿਰ ਤੱਕ ਅਸੀਂ ਆਪਣੇ ਇਕੁਐਲਿਟੀ ਨਹੀਂ ਲਿਆਵਾਂਗੇ ਸਿਸਟਮ ਦੇ ਵਿੱਚ ਜਿੰਨੇ ਚਿਰ ਤੱਕ ਇਹ ਹਲਕਾ ਇਨਚਾਰਜ ਹੋਣਗੇ ਜਿੰਨੇ ਚਿਰ ਤੱਕ ਕਾਲੀ ਵਰਕਰਾਂ ਨੂੰ ਪਹਿਲ ਮਿਲ ਰਹੀ ਆ ਉਹਨਾਂ ਚਿਰ ਤੱਕ ਮੇਰੇ ਖਿਆਲ ਇਨਸਾਫ ਨਹੀਂ ਮਿਲ ਸਕਦਾ ਔਰ ਬਹੁਤ ਸਾਰੇ ਕੇਸਿਸ ਜਿਹੜੇ ਆ ਉਹਨਾਂ ਦੇ ਵਿੱਚ ਜੇ ਨੋਰਮਲ ਪ੍ਰੋਸੈਸ ਆਫ ਲਾ ਨੂੰ ਜੇ ਹੁਣ ਦਿੱਤਾ ਜਾਵੇ ਤੇ ਮੇਰੇ ਖਿਆਲ ਲੋਕਾਂ ਨੂੰ ਅਪੀਨਸਾਫ ਮਿਲ ਜਣਾ ਸੀਗਾ ਇਨਫੈਕਟ ਪਤਾ ਕਰਦੇ ਆ ਤੁਸੀਂ ਹੁਣ ਗੱਲ ਕੀਤੀ ਔਸ ਲੜਕੀ ਦੀ ਪਤਾ ਕਰਦੇ ਆ ਕਿ ਉਹ ਕੇਸ ਐਸ ਵੇਲੇ ਕਿੱਥੇ ਖੜਾ ਵਾ ਕਿਉਂਕਿ ਮੇਰੇ ਖਿਆਲ ਆਲਮੋਸਟ ਕਰੀਬ 10 ਸਾਲ ਹੋ ਚੁਲੇ ਆ ਉਸ ਉਸ ਵਾਕਿਆ ਨੂੰ ਔਰ ਕੀ ਉਹ ਵਾਕਿਆ 3 ਸਾਲ ਤੋਂ ਬਾਅਦ ਵੀ ਉਸ ਲੜਕੀ ਨੂੰ ਇਨਸਾਫ ਉਹਦੇ ਪਰਿਵਾਰ ਨੂੰ ਇਨਸਾਫ ਮਿਲਿਆ ਕਿ ਨਹੀਂ ਮਿਲਿਆ ਇਹਦੇ ਬਾਰੇ ਜ਼ਰੂਰ ਗੱਲ ਕਰਾਂਗੇ ਪਤਾ ਕਰਕੇ ਇਹਦੇ ਬਾਰੇ ਜ਼ਰੂਰ ਕਿਸੇ ਦਿਨ ਆਪਾਂ ਗੱਲ ਕਰਾਂਗੇ ਮਿਹਰਬਾਨੀ ਇੱਕ ਹੋਰ ਸੱਜਣ ਸਾਡੇ ਨਾਲ ਨੇ ਦੇਖਦੇ ਆ ਉਹ ਕੀ ਕਹਿਣਾ ਚਾਹੁੰਦੇ ਆ ਹੈਲੋ ਹੈਲੋ ਸਸਿਕਾ ਸੰਦੇਸ਼ ਸਾਹਿਬ ਸਸਿਕਾ ਜੀ ਮੈਂ ਮੋਨ ਪੁੱਲਰ ਬੋਲਦਾ ਹਿੰਦਸਤਾਨ ਹਾਂਜੀ ਹਾਂਜੀ ਮੋਨ ਜੀ ਦੱਸੋ ਕੀ ਕਹਿਣਾ ਚਾਹੁੰਦੇ ਜੀ ਮੈਂ ਇਹ ਇਹ ਕਹਿਣਾ ਮਰਦਾ ਸੀ ਆਪਣੇ ਜਦੋਂ ਆ ਬਰਸਾਤਾਂ ਸ਼ੁਰੂ ਹੁੰਦੀਆਂ ਬੇਮੌਸਮੀ ਆ ਜਾਂ ਸੋਕਾ ਪੈਂਦਾ ਜੀ ਇਹ ਜਿਹੜੇ ਅਫਸਰ ਹੁੰਦੇ ਆ ਜੀ ਇਹ ਫਿਰ ਲੀਡਰਾਂ ਦੇ ਗਿੜੇ ਮਾਰਦੇ ਵੀ ਸਾਨੂੰ ਲਾਓ ਕਿ ਉਹ ਖਾਣਾ ਹੁੰਦਾ ਜੀ ਇੰਤੇ ਜਿੰਨਾ ਫਾਰਮਰਾਂ ਨੂੰ ਕੀ ਦੇਣਾ ਆ ਤੁਸੀਂ ਅੱਜ ਤੱਕ ਕਦੀ ਚੀ ਵੀ ਨਾ ਚਰ ਕੀਤਾ ਜੀ ਇਹ ਪੱਤਰਕਾਰੀ ਜੀ ਕਦੀ ਕਿਸੇ ਜੀਵਿੰਦਾਰ ਨੂੰ ਕੁਝ ਮਿਲਿਆ ਆ ਤਿੰਨ 300 ਦੇ ਚਕਾ ਮਿਲ ਗਿਆ ਹੁਣ ਦੱਸਦੇ ਆ ਵੀ ਘਰਾਂ ਦੇ ਗਰੰਟਾਂ ਤੇ ਹਾਂ ਬਿਲਕੁਲ ਠੀਕ ਹੈ ਜੀ ਇਨਫੈਕਟ ਜਦੋਂ ਵੀ ਬੇਮੌਸਮੀ ਬਰਸਾਤ ਜਾਂ ਕੋਈ ਹੋਰ ਸੋਕਾ ਪੈਂਦਾ ਵਾ ਉਹਦੇ ਵਾਸਤੇ ਸਰਕਾਰ ਕੋਲ ਇੱਕ ਕਵੈਂਟੀਜੈਂਸੀ ਪਲਾਨ ਪਹਿਲਾਂ ਹੀ ਹੋਣਾ ਚਾਹੀਦਾ ਔਰ ਇੱਕਦਮ ਉਹ ਪਲਾਨ ਜਿਹੜਾ ਵਾ ਉਹ ਰੋਲ ਆਊਟ ਕਰਨਾ ਸ਼ੁਰੂ ਹੋ ਜਾਣਾ ਚਾਹੀਦਾ ਵਾ ਵਾਕਈ ਇਨ ਫੈਕਟ ਪਿਛੇ ਜਿਹੜੀਆਂ ਪਿਛਲੇ ਸਾਲ ਦੀਆਂ ਹੁਣ ਗ੍ਰਾਂਟਾਂ ਮਿਲੀਆਂ ਵਾ ਉਹ ਇੱਕ ਲੋਕਾਂ ਦਾ ਮਜ਼ਾਕ ਹੋਇਆ ਇੱਕ ਤਰੀਕੇ ਦਾ ਕਿਸੇ ਨੂੰ 1 ਏਕੜ ਜੀ ਦੀ ਫਸਲ ਸੀਗੀ ਅੱਧੀ ਫਸਲ ਖਰਾਬ ਹੋ ਗਈ ਉਹਨੂੰ 75 ਰੁਪਏ ਮਿਲੇ ਕੋਈ 3 ਏਕੜ ਵਾਲਾ ਜਿਹੜਾ ਵਾ ਉਹਨੂੰ ਸ਼ਾਇਦ 300 ਰੁਪਏ ਮਿਲਿਆ ਵਾ ਮੇਰੇ ਖਿਆਲ ਇਹੋ ਜੀ ਗ੍ਰਾਂਟ ਦੇਣ ਨਾਲੋਂ ਨਾ ਹੀ ਦੇਣ ਤੇ ਚੰਗਾ ਮੈਂ ਉਹ ਦਿਨ ਆਪਣੀ ਵੀਡੀਓ ਬਲੌਗ 'ਚ ਵੀ ਕਿਹਾ ਵੀ ਇਹੋ ਜੀ ਗ੍ਰਾਂਟ ਲੈ ਕੇ ਤੇ ਬੰਦਾ ਜੇ ਉਹਨੇ ਵਾਕਈ ਕੋਈ ਰਾਹਤ ਆਪਣੇ ਆਪ ਨੂੰ ਮਹਿਸੂਸ ਕਰਨੀ ਹੈ ਤੇ ਇਹੋ ਹੀ ਆ ਵੀ ਉਹ ਠੇਕੇ ਜਾ ਕੇ ਸ਼ਰਾਬ ਪੀ ਕੇ ਤੇ ਇੱਕ ਰਾਤ ਚੰਗੀ ਤਰ੍ਹਾਂ ਸੌਂ ਸਕੇ ਅਰੇ ਤੋਂ ਵਾਦੇ ਇਹ ਰਾਤ ਨੂੰ ਨਹੀਂ ਮਿਲ ਸਕਦੀ ਜਿਹੋ ਜੀ ਗ੍ਰਾਂਟ ਲੋਕੀ ਦੇ ਰਿਹਾ ਸੋ ਮੇਰੇ ਖਿਆਲ ਆ ਸਰਕਾਰ ਨੂੰ ਇਹ ਗ੍ਰਾਂਟ ਇਹੋ ਜੀ ਦੇਣੀ ਨਹੀਂ ਚਾਹੀਦੀ ਵੀ 50 ਰੁਪਏ ਜਾਂ 100 ਰੁਪਏ ਜਾਂ 500 ਰੁਪਏ ਇਹਦੇ ਬਜਾਏ ਸਰਕਾਰ ਨੂੰ ਗ੍ਰਾਂਟ ਰੋਕ ਕੇ ਕਿਤੇ ਹੋਇਆ ਕਿਤੇ ਹੋਰ ਕਿਸੇ ادارے ਤੋਂ ਪੈਸਾ ਇਕੱਠਾ ਕਰਕੇ ਲੋਕਾਂ ਨੂੰ ਇੱਕ ਰੀਜ਼ਨੇਬਲ ਅਮਾਉਂਟ ਤੇ ਜ਼ਰੂਰ ਦੇਣਾ ਚਾਹੀਦਾ ਵਾ ਵੀ ਕੋਈ ਦੋ ਬੁਰੀਆਂ ਬੀਜ ਦੀਆਂ ਜਾਂ ਕੋਈ 10 ਬੁਰੀਆਂ ਖਾਦ ਦੀਆਂ ਖਰੀਦ ਸਕੇ ਜਿਹਦੇ ਨਾਲ ਅਗਲੀ ਉਹਦੀ ਫਸਲ ਜ਼ਰੂਰ ਉਹਨੂੰ ਫਾਇਦਾ ਹੋ ਸਕੇ ਸੋ ਇਹੋ ਜੀਆਂ ਜਿਹੜੀਆਂ ਮੇਰੇ ਖਿਆਲ ਸਰਕਾਰ ਨੂੰ ਹੋਰ ਸੈਂਸਿਟਿਵ ਹੋਣ ਦੀ ਲੋੜ ਆ ਮੇਰੇ ਖਿਆਲ ਲੋਕਾਂ ਨਾਲ ਮਜ਼ਾਕ ਕਰਨ ਦੀ ਬਜਾਏ ਸੈਂਸਿਟਿਵ ਹੋ ਕੇ ਇੱਕ ਸਹੀ ਮਾਇਨੇ ਨਾਲ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਸੋ ਦੈਟ ਉਹਨਾਂ ਨੂੰ ਕੋਈ ਫਾਇਦਾ ਹੋ ਸਕੇ ਹੁਣ ਸਮਾਂ ਹੋ ਗਿਆ ਇੱਕ ਦੂਸਰੀ ਬ੍ਰੇਕ ਦਾ ਇਹ ਮਸਲਾ ਆਪਾਂ ਇਸੇ ਤਰ੍ਹਾਂ ਵਿਚਾਰਦੇ ਰਵਾਂਗੇ ਔਰ ਜਿਹੜਾ ਕੱਲ ਦਾ ਮਸਲਾ ਸੀਗਾ ਉਹਦੇ ਤੇ ਵੀ ਮੈਨੂੰ ਕੁਝ ਰਿਸਪੌਂਸਸ ਆਏ ਆ ਕੁਝ ਈਮੇਲਸ ਆਈਆਂ ਕੁਝ ਕਾਲਸ ਵੀ ਆਈਆਂ ਮੈਂ ਇਸ ਬ੍ਰੇਕ ਤੋਂ ਬਾਅਦ ਉਹਨਾਂ ਬਾਰੇ ਵੀ ਜ਼ਰੂਰ ਗੱਲ ਕਰੂੰਗਾ ਇਹ ਸਭ ਕੁਝ ਬ੍ਰੇਕ ਤੋਂ ਬਾਅਦ वेलकम बैक ਅਸੀਂ ਗੱਲ ਕਰ ਰਹੇ ਆ ਜਿਹੜੀ ਪੰਜਾਬ ਸਰਕਾਰ ਵੱਲੋਂ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ ਕਾਫੀ ਸਾਡੇ ਨਾਲ ਦਰਸ਼ਕ ਜੁੜੇ ਆ ਦੇਖਦੇ ਆ ਉਹ ਕੀ ਕਹਿਣਾ ਚਾਹੁੰਦੇ ਆ ਹੈਲੋ ਹੈਲੋ ਸਤਿ ਸ੍ਰੀ ਅਕਾਲ ਵੀਰ ਜੀ ਨਾਰਥ ਕੈਰੋਲਾਈਨਾ ਤੋਂ ਗੁਰਚਨ ਬੋਲ ਰਹੇ ਹਾਂਜੀ ਗੁਰਚਨ ਸ਼ਰਮ ਜੀ ਹਾਂਜੀ ਵੀਰ ਜੀ ਪਹਿਲਾਂ ਉਹ ਤਾਂ ਥੈਂਕ ਯੂ ਮੈਂ ਉਹ ਐਪੀਸੋਡ ਪੰਜਾਬੀ ਚ ਲੱਭ ਲਿਆ ਤੇ ਦਿੰਦੇ ਆ ਬਹੁਤ ਬਹੁਤ ਥੈਂਕ ਯੂ ਤੇ ਨੰਬਰ ਦੋ ਜਿਹੜੀ ਹੈਲਪਲਾਈਨ ਦੀ ਗੱਲ ਆ ਵੀ ਇਹਨਾਂ ਨੂੰ ਸਤਾ ਚਾਹੇ 6-7 ਸਾਲ ਹੋ ਗਏ ਕੀ ਗੱਲ ਵੀ ਉਦੋਂ ਹੈਲਪਲਾਈਨ ਨਾ ਸ਼ੁਰੂ ਕੀਤੀ ਹੁਣ ਕਿਹੜਾ ਲੋਕਾਂ ਕੋਲੇ ਪ੍ਰੋਬਲਮਸ ਕਿਧਰੋਂ ਬਾਹਰੋਂ ਨੰਬਰ 2 ਜਿਹੜੀ ਹੈਲਪਲਾਈਨ ਕੀਤੀ ਇਹਦੇ ਕਈ ਕਾਰਨ ਆ ਇੱਕ ਤਾਂ ਤੁਹਾਨੂੰ ਪਤਾ ਵੋਟਾਂ ਨੇੜੇ ਆਉਂਦੀਆਂ ਜੀ ਨੰਬਰ 2 ਇਹਨਾਂ ਨੂੰ ਪਤਾ ਵੀ ਬਾਹਰਲੇ ਲੋਕ ਇਹਨਾਂ ਨੂੰ ਪਸੰਦ ਘੱਟ ਕਰਦੇ ਆ ਜੀ ਤੇ ਨੰਬਰ ਜਿਵੇਂ ਹੁਣ ਪਹਿਲਾ ਇਹ ਜਿਹੜਾ ਦਵਿੰਦਰ ਸਿੰਘ ਪੁਲੜਾ ਹੁਣ ਕਹਿੰਦੇ ਉਹਨਾਂ ਨੂੰ ਅਮਰਸਾ ਜੇਲ੍ਹ ਚ ਟਰਾਂਸਫਰ ਕਰਨ ਦੇਣਾ ਪਹਿਲਾਂ ਇਹ ਹੀ ਬਾਦਲ ਸਾਹਿਬ ਨੇ ਨਾ ਕਰਤਾ ਸੀ ਹੁਣ ਇਹ ਸਭ ਵੋਟਾਂ ਦੇ ਏਜੰਡੇ ਬਿਲਕੁਲ ਗੁਰਚਨ ਕੌਰ ਜੀ ਬਿਲਕੁਲ ਤੁਹਾਡੀ ਗੱਲ ਠੀਕ ਆ ਕਿ ਐਕਚੁਅਲੀ ਇਥੇ ਕਿ ਸਿਸਟਮਿਕ ਕਲਾਪਸ ਹੋ ਚੁੱਕਾ ਵਾ ਔਰ ਉਹਨੂੰ ਬੜੇ ਸਿਸਟਮੈਟਿਕ ਤਰੀਕੇ ਨਾਲ ਇਹਨੂੰ ਆਪਾਂ ਦੁਬਾਰਾ ਰੀਸਟੋਰ ਕਰ ਸਕਦੇ ਹਾਂ ਜੇ ਸਰਕਾਰ ਦੀ ਨੀਅਤ ਸਾਫ਼ ਹੋਵੇ ਸੋ ਦੋ ਤਿੰਨ ਗੱਲਾਂ ਤੁਸੀਂ ਬਹੁਤ ਵਾਜਿਬ ਕੀਤੀਆਂ ਕਿ ਇੱਕ ਤੇ ਲੋਕਾਂ ਦੇ ਪ੍ਰੋਬਲਮਸ ਹੱਲ ਹੋਣੇ ਚਾਹੀਦੇ ਆ ਜਦੋਂ ਜੇ ਹੱਲ ਹੋਣ ਵਾਲੀਆਂ ਪ੍ਰੋਬਲਮਸ ਹੈ ਤਾਂ ਹੱਲ ਹੋਣੇ ਚਾਹੀਦੀਆਂ ਜੇ ਦਵਿੰਦਰਪਾਲ ਸਿੰਘ ਪੁੱਲਰ ਸ਼ਿਫਟ ਹੋ ਸਕਦਾ ਸੀਗਾ ਤੇ ਹੁਣ ਤੋਂ ਪਹਿਲਾਂ ਕਰ ਦੇਣਾ ਚਾਹੀਦਾ ਸੀਗਾ ਹੁਣ ਤਾਂ ਖੈਰ ਕਰ ਹੀ ਰਹਿ ਜੋਂ ਦਬਾਅ ਬਣ ਗਿਆ ਵਾ ਸੋ ਮੇਰੇ ਖਿਆਲ ਇੱਕ ਇਮਾਨਦਾਰੀ ਜਿਹੜੀ ਕਾਰਗੁਜ਼ਾਰੀ ਆ ਉਹ ਕਰਨੀ ਚਾਹੀਦੀ ਔਰ ਦੂਸਰਾ ਇਹ ਵਾ ਕਿ ਲੋਕਾਂ ਦੀਆਂ ਪ੍ਰੋਬਲਮਸ ਨੂੰ ਤੁਸੀਂ ਹੱਲ ਜ਼ਰੂਰ ਕਰਨ ਦੀ ਕੋਸ਼ਿਸ਼ ਕਰੋ ਨਾਲ ਨਾਲ ਇਹ ਹੈਲਪਲਾਈਨ ਤੇ ਇੱਕ ਤਰੀਕੇ ਨਾਲ ਇੱਕ ਫੀਡਬੈਕ ਵੀ ਤੁਹਾਨੂੰ ਮਿਲ ਰਹੀ ਆ ਕਿ ਕਿਹੜੀਆਂ ਡਿਪਾਰਟਮੈਂਟਸ ਆ ਜਿੱਥੇ ਜ਼ਿਆਦਾ ਪ੍ਰੋਬਲਮਸ ਆ ਔਰ ਜਿਹੜੀਆਂ ਡਿਪਾਰਟਮੈਂਟਸ ਦੇ ਖਿਲਾਫ ਜ਼ਿਆਦਾ ਕੰਪਲੇਨਟਸ ਆ ਰਹੀਆਂ ਮੇਰੇ ਖਿਆਲ ਉੱਥੇ ਐਕਸ਼ਨ ਵੀ ਲੈਣਾ ਚਾਹੀਦਾ ਕਰਮਚਾਰੀਆਂ ਦੇ ਖਿਲਾਫ ਅਫਸਰਾਂ ਦੇ ਖਿਲਾਫ ਕਿ ਉਹ ਇਹਦਾ ਮਤਲਬ ਲੋਕਾਂ ਦੀਆਂ ਪ੍ਰੋਬਲਮਸ ਹੱਲ ਨਹੀਂ ਕਰ ਰਹੇ ਸੋ ਇੱਕ ਤਰੀਕੇ ਨਾਲ ਇਹ ਜਿਹੜੀ ਹੈਲਪਲਾਈਨ ਜਿਹੜੀ ਸ਼ੁਰੂ ਕੀਤੀ ਆ ਇਹ ਇੱਕ ਫੀਡਬੈਕ ਅਗੇਂਸਟ ਦੀ ਡਿਪਾਰਟਮੈਂਟਸ ਵੀ ਹੈ ਇੱਕ। ਔਰ ਦੂਸਰਾ ਇਹ ਆ ਕਿ ਇਹੋ ਜਿਹੇ ਜਿਹੜੀਆਂ ਹੈਲਪਲਾਈਨਸ ਆ ਇਹ ਵੇਰੀਅਸ ਲੈਵਲਸ ਤੇ ਹੋਣੇ ਚਾਹੀਦੀਆਂ। ਸਿਰਫ ਇੱਕ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਹੈਲਪਲਾਈਨ ਬਣ ਨਾਲ ਗੱਲ ਨਹੀਂ ਬਣਨੀ। ਹਰ ਡਿਪਾਰਟਮੈਂਟ ਦੇ ਵਿੱਚ, ਹਰ ਕਸਬੇ ਦੇ ਵਿੱਚ, ਹਰ ਜ਼ਿਲ੍ਹੇ ਦੇ ਵਿੱਚ ਇਹੋ ਜੀ ਹੈਲਪਲਾਈਨ ਜਿਹੜੀ ਆ ਉਹ ਸ਼ੁਰੂ ਹੋਣੀ ਚਾਹੀਦੀ ਆ। ਇੱਕ ਹੋਰ ਸਰਜਨ ਸਾਡੇ ਨਾਲ ਨੇ। ਦੇਖਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ। ਹੈਲੋ। ਹਾਂਜੀ। ਹਾਂਜੀ ਸਰ ਸ੍ਰੀਕਲ ਜੀ ਮੈਂ ਪਰਮਪ੍ਰੀਤ ਸਿੰਘ ਨਿਊ ਜਰਸੀ ਤੋਂ ਬੋਲ ਰਿਹਾ ਹਾਂ ਜੀ। ਹਾਂਜੀ ਪਰਮਪ੍ਰੀਤ ਜੀ ਸਵਾਗ ਸਮੇਤ ਇੱਕ ਪੁਆਇੰਟ ਹੈਗਾ ਕਿ ਵੈਸੇ ਇਹੋ ਜੀਆਂ ਹੈਲਪਲਾਈਨਸ ਜਿਹੜੀਆਂ ਨੇ ਵੈਸੇ ਤਾਂ ਪੋਲਿਟਿਕਲ ਸਟੰਟੀ ਲੱਗ ਰਿਹਾ ਫਿਲਹਾਲ ਤੇ ਦੂਜਾ ਇਹਨਾਂ ਨੇ ਨਕਲ ਕੀਤੀ ਆਮ ਆਦਮੀ ਪਾਰਟੀ ਦੀ ਕਿ ਉਹਨਾਂ ਨੇ ਇੱਕ ਕਰਪਸ਼ਨ ਫ੍ਰੀ ਲਾਈਨ ਚਾਲੂ ਕੀਤੀ ਹੈ ਤਾਂ ਉਹਦੇ ਬੇਸ ਤੇ ਇਹਨਾਂ ਨੇ ਸ਼ੁਰੂ ਕੀਤਾ ਜੀ ਪਰ ਮੇਨ ਗੱਲ ਜਿਹੜੀ ਇਹ ਹੈ ਕਿ ਕੀ ਸਿੱਧਾ ਮੁੱਖ ਮੰਤਰੀ ਸਾਹਿਬ ਨੂੰ ਜਾ ਰਹੀਆਂ ਨੇ ਕਾਲ ਕਿੰਨੀਆਂ ਕੋ ਕਾਲਸ ਸੁਣਦੇ ਹੋਣਗੇ ਤੇ ਕਿੰਨੀਆਂ ਕੋ ਕਾਲਸ ਤੇ ਐਕਸ਼ਨ ਹੁੰਦਾ ਹੋਏਗਾ ਫਸਟ ਆਫ ਆਲ ਦੀ ਕੀ ਸਾਰੇ ਨਹੀਂ ਉਹ ਆਪ ਨਹੀਂ ਸੁਣ ਰਹੇ ਅ ਇਨਫੈਕਟ ਪਰਪਰੀ ਜੀ ਆਪ ਨਹੀਂ ਸੁਣ ਰਹੇ ਉਹਨਾਂ ਨੇ ਸਿਸਟਮ ਬਣਾਇਆ ਵਾ ਉਹ ਨਾਰਮਲੀ ਅਫਸਰ ਜਿਹੜੇ ਆ ਸੁਣ ਕੇ ਤੇ ਗਾਂ ਅੱਗੇ ਟਰਾਂਸਫਰ ਕਰ ਰਹੇ ਆ ਮੇਰਾ ਨਹੀਂ ਖਿਆਲ ਕਿ ਉਹ ਜਿਹੜੇ ਉਪ ਮੁੱਖ ਮੰਤਰੀ ਆ ਆਪ ਕੋਈ ਵੀ ਕਾਲ ਵੀ ਸੁਣ ਰਹੇ ਹਾਂਜੀ ਸਰ ਜਿਹੜੇ ਉਹ ਜਿਹੜੇ ਅਫਸਰ ਵੀ ਹੋਣਗੇ ਉਹ ਕਿਸੇ ਨਾ ਕਿਸੇ ਮਹਿਕਮੇ ਤੋਂ ਤਾਲੁਕ ਰੱਖਦੇ ਹੋਣਗੇ ਜਾਂ ਕੋਈ ਤੇ ਉਹ ਉਹ ਜੇ ਕੋਈ ਉਹ ਜੀਆਂ ਕਮੀਆਂ ਵਾਲੀਆਂ ਕਾਲਸ ਉਹਨਾਂ ਨੂੰ ਆਉਂਦੀਆਂ ਆਉਂਦੀਆਂ ਤੇ ਕਿੰਨੀਆਂ ਖੂਬ ਦੱਸਣਗੇ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਇਹ ਤਾਂ ਨਹੀਂ ਕਹਿਣਗੇ ਕਿ ਜੀ ਸਾਡੇ ਡਿਪਾਰਟਮੈਂਟ ਦੇ ਖਿਲਾਫ ਇਹ ਜੀ ਕਾਲ ਆਈ ਹੈ ਤੇ ਤੁਸੀਂ ਇਹਨੂੰ ਠੀਕ ਕਰੋ ਆਈ ਮੀਨ ਇਹ ਸੇ ਕਲੀਅਰਲੀ ਦਿਖਦਾ ਹੈ ਕਿ ਇਹਨਾਂ ਨੇ ਪੋਲਿਟਿਕਲ ਸਟੰਟ ਲੱਗ ਰਿਹਾ ਔਰ ਆਮ ਆਦਮੀ ਪਾਰਟੀ ਦੀ ਨਕਲ ਕੀਤੀ ਲੇਕਿਨ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਉਹਨਾਂ ਦੀ ਫੰਕਸ਼ਨਿੰਗ ਜਿਆਦਾ ਬਹੁਤ ਪਾਰਦਰਸ਼ੀ ਹੈ ਔਰ ਇੱਕ ਫੰਕਸ਼ਨਿੰਗ ਉਹਨਾਂ ਦੀ ਬਹੁਤ ਵੱਖਰੀ ਹੈ ਪਰਪ੍ਰੀਤ ਜੀ ਮਾਫ ਕਰਨਾ ਮੈਂ ਤੁਹਾਨੂੰ ਵਿੱਚ ਕੱਟ ਰਿਹਾ ਕਿਉਂਕਿ ਹੁਣ ਸਾਹਮਣੇ ਬੜਾ ਥੋੜਾ ਵਾ ਇੱਕ ਹੋਰ ਕਾਲ ਲੈ ਕੇ ਫਿਰ ਅਸੀਂ ਦੂਸਰੇ ਮਸਲੇ ਵੱਲ ਜਾਂਦੇ ਹਾਂ ਹੈਲੋ ਸੰਦੂ ਸਾਹਿਬ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਹਰਿੰਦਰ ਸਿੰਘ ਬੀਸਵਾਲਾ ਵੱਲੋਂ ਲਾਸ ਏਂਜਲਸ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਾਈ ਜਾਨ ਤੇ ਅੱਜ ਦੇ ਮਸਲੇ ਦੇ ਉੱਤੇ ਹੈਨਾ ਕਿਉਂਕਿ ਹੁਣ ਆਪਾਂ ਕੋਲ ਟਾਈਮ ਬਹੁਤ ਥੋੜਾ ਮੈਂ ਹੈਨਾ ਆਪਣੀ ਇੱਕ ਜ਼ਿੰਦਗੀ ਦਾ ਬਹੁਤ ਵਧੀਆ ਐਕਸਪੀਰੀਅੰਸ ਸਾਂਝਾ ਤੁਸੀਂ ਇਹਨਾਂ ਤੇ ਤੁਹਾਡੇ ਸਰੋਤਿਆਂ ਨੇ ਸਾਰਿਆਂ ਨੇ ਜਿਹੜੇ ਨਵੇਂ ਸ਼ਹਿਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹੁੰਦੇ ਸੀ ਕ੍ਰਿਸ਼ਨ ਕੁਮਾਰ ਉਹਨਾਂ ਦਾ ਨਾਂ ਬਹੁਤ ਚੰਗੀ ਤਰ੍ਹਾਂ ਸੁਣਿਆ ਆ। ਬਿਲਕੁਲ ਠੀਕ ਹੈ ਜੀ। ਤੇ ਉਹਨਾਂ ਨੇ ਇਹ ਜਿਹੜੀ ਹੈਲਪਲਾਈਨ ਆ ਇਹ ਉਸ ਵੇਲੇ ਆਪਣੇ ਉੱਥੇ ਡਿਪਟੀ ਕਮਿਸ਼ਨਰ ਹੁੰਦਿਆਂ ਹੋਇਆਂ ਚਾਲੂ ਕਰਕੇ ਬੜੀ ਕਾਮਯਾਬੀ ਦੇ ਨਾਲ ਆਪਣੇ ਟਾਈਮ ਦੇ ਵਿੱਚ ਚਲਾ ਕੇ ਦਿਖਾਈ ਸੀ। ਜੀ। ਔਰ ਜਿੱਦਾਂ ਦਾ ਸਹੂਦਾ ਸੈਂਟਰ ਉਹਨਾਂ ਨੇ ਉੱਥੇ ਬਣਾਇਆ ਸੀ ਉਹ ਸਹੂਦਾ ਸੈਂਟਰ ਨੂੰ ਮਤਲਬ ਇੱਕ ਤਰ੍ਹਾਂ ਨਾਲ ਹਨਾ ਉਹਨਾਂ ਨੇ ਲੋਕਾਂ ਨੂੰ ਇਹ ਅਹਿਸਾਸ ਕਰਾ ਦਿੱਤਾ ਸੀ ਕਿ ਜੇ ਕੋਈ ਕੰਮ ਠੀਕ ਕਰਨਾ ਚਾਵੇ ਤਾਂ ਕੰਮ ਠੀਕ ਹੋ ਸਕਦਾ ਔਰ ਵਾਕਿਆ ਹੀ ਹੈ ਨਾ ਮਤਲਬ ਹੈਲਪ ਲਾਈਨ ਦੇ ਉੱਤੇ ਜਿਹੜੀ ਕਾਲ ਜਾਂਦੀ ਸੀ ਉਹਦਾ ਰਿਕਾਰਡ ਰੱਖਿਆ ਜਾਂਦਾ ਸੀ ਉਹਦਾ ਜਵਾਬ ਮਿਲਦਾ ਸੀ ਔਰ 90 80 90% ਲੋਕਾਂ ਦੇ ਜ਼ਿਆਦਾ ਜਿਹੜੇ ਕੰਮ ਸੀ ਉਹ ਇੱਕ ਕਾਲ ਤੇ ਹੋਣ ਲੱਪੇ ਸੀ ਬਿਲਕੁਲ ਠੀਕ ਹੈ ਔਰ ਮੈਂ ਇਹ ਕਹਿੰਨਾ ਕਿ ਜਿਹੜੀ ਤੁਸੀਂ ਪਹਿਲਾਂ ਸਲਾਹ ਦਿੱਤੀ ਹੈ ਇਹ ਬਿਲਕੁਲ ਸਹੀ ਆ ਕਿ ਜਿਹੜੀਆਂ ਹੈਲਪ ਲਾਈਨਾਂ ਜੇ ਈਮਾਨਦਾਰੀ ਦੇ ਨਾਲ ਕੰਮ ਕਰਨ ਦਾ ਇਰਾਦਾ ਹੈ ਮਤਲਬ ਡਿਪਟੀ ਸੀਐਮ ਸਾਹਿਬ ਦਾ ਸੀਐਮ ਸਾਹਿਬ ਦਾ ਤੇ ਪਹਿਲਾਂ ਇਹ ਹੈਲਪਲਾਈਨਾਂ ਡਿਸਟ੍ਰਿਕਟ ਲੈਵਲ ਤੇ ਚਾਹੀਦੀਆਂ ਕਿਉਂਕਿ ਇੱਕ ਲਾਈਨ ਆ ਜਿਹੜੀ ਉਹ ਸਾਰੇ ਪੰਜਾਬ ਤੇ ਸਾਰੀ ਦੁਨੀਆ 'ਚ ਫੈਲੇ ਹੋ ਪੰਜਾਬੀਆਂ ਦੀਆਂ ਸਮੱਸਿਆਵਾਂ 'ਵਾਂ ਹੱਲ ਨਹੀਂ ਕਰ ਸਕਦੀ ਬਿਲਕੁਲ ਠੀਕ ਹੈ ਹਾਂਜੀ ਬਿਲਕੁਲ ਠੀਕ ਹੈ ਔਰ ਤੁਸੀਂ ਇਹ ਦੇਖੋ ਵੀ ਨਾਲ ਮੈਂ ਇੱਥੇ ਵੀ ਗੱਲ ਜੋੜ ਲੈਂਦਾ ਵੀ ਉਹ ਇੰਨੀ ਚੰਗੀ ਤਰ੍ਹਾਂ ਕੰਮ ਕਰਦੇ ਡਿਪਟੀ ਕਮਿਸ਼ਨਰ ਨੂੰ 2007 ਦੇ ਵਿੱਚ ਦੁਬਾਰਾ ਸਰਕਾਰ ਆ ਕੇ ਪੱਟਣ ਦਾ ਹੀ ਪਹਿਲਾ ਕੰਮ ਕੀਤਾ ਸੀ ਹਾਂ ਬਿਲਕੁਲ ਠੀਕ ਹੈ ਵੇ ਮੈਂ ਮੈਨ ਦਾ ਸਹਿਮਤ ਹਾਂ ਕਿ ਇਹੋ ਜਿਹੀ ਹੈਲਪਲਾਈਨਸ ਡਿਫਰੈਂਟ ਲੈਵਲਸ ਤੇ ਹੋਣਗੀਆਂ ਤੇ ਤਾਦੀ ਇਹਦਾ ਫਾਇਦਾ ਵਾ ਔਰ ਇਹੋ ਜਿਹੀ ਅਫਸਰ ਕ੍ਰਿਸ਼ਨ ਕੁਮਾਰ ਵਰਗੇ ਅਫਸਰ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਮੇਰੇ ਖਿਆਲ ਹੈ ਇਸ ਵੇਲੇ ਉਹ ਸ਼ਾਇਦ ਦਿੱਲੀ ਦੇ ਵਿੱਚ ਚਲੇ ਗਏ ਆ ਸ਼ਾਇਦ ਇੱਥੇ ਪੰਜਾਬ ਦੇ ਵਿੱਚ ਜੋ ਜਿਸ ਤੱਕ ਮੇਰੀ ਜਾਣਕਾਰੀ ਹੈ ਇਸ ਵੇਲੇ ਨਹੀਂ ਹਨ ਔਰ ਉਹਨਾਂ ਨੂੰ ਉਹਨਾਂ ਦਾ ਫਾਇਦਾ ਲੈਣ ਦੀ ਬਜਾਏ ਉਹਨਾਂ ਦੇ ਐਕਸਪੀਰੀਅੰਸ ਦਾ ਤਜਰਬੇ ਦਾ ਫਾਇਦਾ ਲੈਣ ਦੀ ਬਜਾਏ ਉਹਨਾਂ ਨੂੰ ਉਦੋਂ ਟਰਾਂਸਫਰ ਕਰ ਦਿੱਤਾ ਗਿਆ ਸੀ ਬਿਲਕੁਲ ਠੀਕ ਹੈ ਗੱਲ ਤਾਂ ਇਹ ਇੱਕ ਹੋਰ ਸਰਜਨ ਸਾਡੇ ਨਾਲ ਨੇ ਉਹਨਾਂ ਦੀ ਗੱਲ ਸੁਣਦਿਆਂ ਮੈਂ ਵੈਸੇ ਕੋਸ਼ਿਸ਼ ਕਰ ਰਿਹਾ ਸੀ ਕਿ ਅੱਜ ਮੇਰੇ ਕੋਲ ਜਿਹੜੀ ਡਰਾਪ ਹੋ ਗਈ ਹੈ ਮੈਂ ਕੱਲ ਦੇ ਮਸਲੇ ਤੇ ਮੜਾ ਜਾ ਹੁਣ ਟੱਚ ਕਰਨਾ ਚਾਹੁੰਦਾ ਵਾਂ ਕੱਲ ਦਾ ਮਸਲਾ ਸੀ ਦਰਬਾਰ ਸਾਹਿਬ ਚ ਹੋਈ ਜਿਹੜੀ ਹਿੰਸਾ ਜੂਨ 6 ਨੂੰ ਜਿਹੜੀ ਹਿੰਸਾ ਹੋਈ ਹੈ ਮੈਨੂੰ ਇਹਦੇ ਤੇ ਕਾਫੀ ਸਾਰੀਆਂ ਕਾਲਸ ਅਤੇ ਈਮੇਲਸ ਆਈਆਂ ਨੇ ਨਿਊਯਾਰਕ ਤੋਂ ਵਰਿੰਦਰ ਸਿੰਘ ਨੇ ਮੈਨੂੰ ਸ਼ੋਅ ਤੋਂ ਬਾਅਦ ਕਾਲ ਕਰਕੇ ਕਿਹਾ ਸੀ ਕਿ ਦਰਬਾਰ ਸਾਹਿਬ ਨੂੰ ਸਿਰਫ ਇੱਕ ਧਾਰਮਿਕ ਸਥਾਨ ਰਹਿਣ ਦੇਣਾ ਚਾਹੀਦਾ ਜਦੋਂ ਅਸੀਂ ਉੱਥੇ ਲੜਾਈ ਝਗੜਾ ਕਰਦੇ ਆ ਤੇ ਇੱਥੋਂ ਦੇ ਲੋਕ ਜਾਨੀ ਗੋਰੇ ਲੋਕ ਜਿਹੜੇ ਆ ਉਹ ਸਾਨੂੰ ਪੁੱਛਦੇ ਆ ਕਿ ਤੀ ਕੀ ਤੁਸੀਂ ਆਪਣੇ ਧਰਮਸਥਾਨਾਂ 'ਚ ਇਹ ਕੁਝ ਕਰਨ ਜਾਂਦੇ ਜੀ ਹਾਂ ਜੇ ਅਸੀਂ ਤਲਵਾਰਾਂ ਲੈ ਕੇ ਲੜਨਾ ਵਾਂ ਤੇ ਕਿਸੇ ਹੋਰ ਥਾਂ ਤੇ ਅੰਮ੍ਰਿਤਸਰ ਚ ਦਰਬਾਰ ਸਾਹਿਬ ਦੀ ਥਾਂ ਤੇ ਕੰਪਨੀ ਬਾਗ ਜਾਂ ਕਿਸੇ ਹੋਰ ਥਾਂ ਤੇ ਇਹੋ ਜਿਹਾ ਕੰਮ ਅਸੀਂ ਜ਼ਰੂਰ ਕਰ ਸਕਦੇ ਆ ਇਸੇ ਤਰ੍ਹਾਂ ਹੀ ਨਿਊਯਾਰਕ ਤੋਂ ਹੀ ਮੁਖਦੇਵ ਸਿੰਘ ਨੇ ਕਾਲ ਕੀਤੀ ਆ ਉਹਨਾਂ ਦਾ ਬਿਲਕੁਲ ਵੱਖਰਾ ਖਿਆਲ ਹੈ ਉਹ ਕਹਿੰਦੇ ਨੇ ਕਿ ਜੋ ਦਰਬਾਰ ਸਾਹਿਬ 'ਚ ਨੌਜਵਾਨਾਂ ਨੇ ਕੀਤਾ ਉਸ 'ਚ ਕੁਝ ਗਲਤ ਨਹੀਂ ਸੀ ਸਾਡੇ ਨਾਲ ਉਹਨਾਂ ਦਾ ਮਤਲਬ ਹੈ ਵੀ ਸਿੱਖਾਂ ਨਾਲ ਬਹੁਤ ਤੱਕਾ ਹੋਇਆ ਹੈ ਤੇ ਜੇ ਅਸੀਂ ਉਹ ਕਹਿੰਦੇ ਨੇ ਕਿ ਜੇ ਅਸੀਂ ਦਰਬਾਰ ਸਾਹਿਬ ਚ ਵੀ ਨਾਰੇ ਨਹੀਂ ਲਾ ਸਕਦੇ ਫਿਰ ਕਿੱਥੇ ਜਾ ਕੇ ਨਾਰੇ ਲਈਏ ਐਸਪੀਸੀ ਦੀ ਟਾਸਕ ਫੋਰਸ ਉਹ ਕਹਿੰਦੇ ਨੇ ਕਿ ਪ੍ਰਧਾਨ ਮੱਕੜ ਦੀ ਖਾਸ ਅਤੇ ਨਿੱਜੀ ਫੋਰਸ ਹੈ ਅਤੇ ਨੌਜਵਾਨਾਂ ਨੂੰ ਕੁੱਟਣ ਦੀ ਬਜਾਏ ਇਸ ਨੂੰ ਜੰਮੂ ਵਰਗੇ ਸ਼ਹਿਰ ਜਾਣਾ ਚਾਹੀਦਾ ਵਾ ਜਿੱਥੇ ਇੱਕ ਬਹੁਤ ਵੱਡਾ ਮਸਲਾ ਕੁਝ ਦਿਨ ਪਹਿਲਾਂ ਹੋਇਆ ਸੀ ਇਨ ਫੈਕਟ ਉੱਥੇ ਪੁਲਿਸ ਦੇ ਨਾਲ ਨੌਜਵਾਨਾਂ ਦੀ ਸਿੱਖ ਨੌਜਵਾਨਾਂ ਦੀ ਚੜ੍ਹਪ ਹੋਈ ਸੀ ਮੁਖਦੇਵ ਸਿੰਘ ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਨਹੀਂ ਦਰਬਾਰ ਸਾਹਿਬ ਦੀ ਸੈਨਕਿਟੀਟੀ ਨੂੰ ਬਰਕਰਾਰ ਰੱਖਣਾ ਮੇਰੇ ਸਾਹਮਣੇ ਬਹੁਤ ਜ਼ਰੂਰੀ ਆ ਐਸਸੀਪੀਸੀ ਦੀ ਟਾਸਕ ਫੋਰਸ ਜਿਹੜੀ ਆ ਕੋਈ ਮਿਲੀਸ਼ੀਆ ਨਹੀਂ ਜਿਹੜੀ ਬਾਹਰ ਤੇਜੀ ਜਾ ਸਕਦੀ ਹੈ ਦੂਜੇ ਰਾਜਾਂ ਚ ਭੇਜੀ ਜਾ ਸਕਦੀ ਹੈ ਉਹ ਸਿਰਫ ਗੁਰਦੁਆਰਿਆਂ ਦੀ ਅਮਨ ਸ਼ਾਂਤੀ ਸੇਵਾ ਸੰਭਾਲ ਵਾਸਤੇ ਹੈ ਸੋ ਇਹ ਫੋਰਸ ਨੂੰ ਤੁਸੀਂ ਦੂਜੇ ਥਾਂ ਤੇ ਨਹੀਂ ਭੇਜਿਆ ਜਾ ਸਕਦਾ ਇਨਫੈਕਟ ਟਾਸਕ ਫੋਰਸ ਇਸ ਕਰਕੇ ਆ ਕਿ ਆਪੀ ਉਥੇ ਪੁਲਿਸ ਦੀ ਲੋੜ ਨਾ ਪਵੇ ਇੱਕ ਹੋਰ ਈਮੇਲ ਆਈ ਹੈ ਗੈਰੀ ਵਿਰਖ ਹੁਣਾ ਤੋਂ ਉਹ ਲਿਖਦੇ ਨੇ ਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ ਬਹੁਤ ਮਾੜਾ ਵਾਕਿਆ ਸੀ ਹੁਣ ਤੱਕ ਸਰਕਾਰ ਨੇ ਪੰਜਾਬੀਆਂ ਨਾਲ ਵਿਤਕਰੇ ਹੀ ਕੀਤੇ ਨੇ ਪਰ ਜਿੰਨੇ ਵੀ ਕਾਲਰ ਇਸ ਸ਼ੋਅ ਚ ਕਾਲ ਕਰਦੇ ਨੇ ਉਹ ਬਸ ਸਾਰਾ ਹੀ ਕਸੂਰ ਜਿਹੜਾ ਵਾ ਸਿਰਫ ਸਰਕਾਰਾਂ ਦਾ ਹੀ ਕਰਦੇ ਨੇ ਕੈਰੀ ਵਿਰਕਗੇ ਲਿਖਦੇ ਨੇ ਕਿ ਕੋਈ ਇੱਕ ਕਾਲਰ ਵੀ ਇਸ ਦੇ ਮੂਲ ਕੌਜ਼ ਵੱਲ ਇਸ਼ਾਰਾ ਨਹੀਂ ਕਰਦਾ ਸਾਰਾ ਪਵਾੜਾ ਜਿਹੜਾ ਵਾ ਉਹ ਇਸ ਗੱਲ ਨਾਲ ਜੁੜਿਆ ਵਾ ਕਿ ਸਿੱਖਾਂ ਨੇ ਅਸੀਂ ਸਾਰਿਆਂ ਨੇ ਧਰਮ ਤੇ ਸਿਆਸਤ ਨੂੰ ਇਕੱਠਾ ਕੀਤਾ ਹੋਇਆ ਵਾ ਸਾਰੀ ਸਿਆਸਤ ਗੁਰਦੁਆਰਿਆਂ ਚ ਹੀ ਵੜੀ ਆ ਮੰਗਾਂ ਜਿਹੜੀਆਂ ਵਾਂ ਪੰਜਾਬੀਆਂ ਦੀਆਂ ਸਨ ਪਰ ਅਕਾਲੀਆਂ ਨੇ ਇਹ ਸਿੱਖਾਂ ਦੀਆਂ ਮੰਗਾਂ ਬਣਾ ਕੇ ਮੋਰਚੇ ਦਰਬਾਰ ਸਾਹਿਬ ਤੋਂ ਲਾਉਣੇ ਸ਼ੁਰੂ ਕਰ ਦਿੱਤੇ ਸਨ ਔਰ ਉਹਦਾ ਨਤੀਜਾ ਤੁਸੀਂ ਵੇਖ ਹੀ ਸਕਦੇ ਜੀ ਕੀ ਹੋਇਆ ਉਹਨਾਂ ਨੇ ਜਿਹੜੀ ਈਮੇਲ ਭੇਜੀ ਆ ਕਾਫੀ ਵਿਸਥਾਰ ਚ ਬੜੀ ਲੰਬੀ ਈਮੇਲ ਆ ਮੈਂ ਸਾਰੀ ਤਾਂ ਨਹੀਂ ਤੁਹਾਨੂੰ ਸਰਾਉਂਗਾ ਪਰ ਬੇਸਿਕਲੀ ਉਹ ਜਿਹੜੀ ਗੱਲ ਕਹਿ ਰਹੇ ਨੇ ਉਹ ਕਹਿ ਰਹੇ ਨੇ ਕਿ ਧਰਮ ਤੇ ਸਿਆਸਤ ਨੂੰ ਜੇ ਸਿੱਖ ਵੱਖਰਾ ਵੱਖ-ਵੱਖ ਨਹੀਂ ਵੱਖਰਾ ਨਹੀਂ ਕਰਨਗੇ ਤਾ ਇਹ ਬਹੁਤ ਖਵਾਰ ਹੋਣਗੇ ਕਿਸੇ ਵੀ ਸਿਆਸੀ ਤਿਰਨੂ ਕਿਸੇ ਵੀ ਗੁਰਦੁਾਰੇ ਦੇ ਵਿੱਚ ਆਪਣਾ ਸਿਆਸੀ ਪ੍ਰਚਾਰ ਕਰਨ ਦੀ ਆਗਿਆ ਉਹਨਾਂ ਦਾ ਖਿਆਲ ਹੈ ਕਿ ਨਹੀਂ ਹੋਣੀ ਚਾਹੀਦੀ ਜੇ ਸਿੱਖ ਨਿਰਪੱਖ ਹੋ ਕੇ ਬੀਤੇ ਦਾ ਵਿਸ਼ਲੇਸ਼ਣ ਨਹੀਂ ਕਰਨਗੇ ਇੰਟਰਸਪੈਕਸ਼ਨ ਨਹੀਂ ਕਰਨਗੇ ਤਾਂ ਉਹ ਖਵਾਰ ਹੀ ਹੋਣਗੇ ਇਹ ਚੱਕਲੋ ਚੱਕਲੋ ਕੈਣ ਵਾਲੇ ਲੋਕ ਗੈਰੀਵਿਰਖ ਅੱਗੇ ਲਿਖਦੇ ਨੇ ਕਿ ਇਹ ਚੱਕਲੋ ਚੱਕਲੋ ਕੈਣ ਵਾਲੇ ਲੋਕ ਜਿਹੜੇ ਆ ਬਾਕੀਆਂ ਨੂੰ ਵੀ ਨੁਕਸਾਨ ਪਹੁੰਚਾਉਣਗੇ ਉਹ ਅੱਗੇ ਲਿਖਦੇ ਨੇ ਕਿ ਉਹਨਾਂ ਨੂੰ ਪਤਾ ਵਾ ਕਿ ਐਸਮ ਈਮੇਲ ਤੋਂ ਬਾਅਦ ਉਹਨਾਂ ਨੂੰ ਉਕੀ ਕਹਿਣਗੇ ਵੀ ਇਹ ਗੈਦਾਰ ਨੇ ਸਰਕਾਰੀ ਏਜੰਟ ਹੈ ਆਰਐਸਐਸ ਦਾ ਏਜੰਟ ਹੈ ਇਹਨਾਂ ਤੇ ਕਈ ਇਲਜ਼ਾਮ ਲੱਗਣਗੇ ਪਰ ਉਹਨਾਂ ਦਾ ਖਿਆਲ ਹੈ ਕਿ ਇਹ ਗੱਲਾਂ ਸਾਨੂੰ ਜ਼ਰੂਰੀ ਆ ਗਈਆਂ ਸੀ ਇਹਨਾਂ ਗੱਲਾਂ ਤੇ ਵਿਚਾਰ ਕਰੀਏ ਗੈਰੀ ਵਰਖੁਣਾ ਦਾ ਇਹ ਈਮੇਲ ਬਹੁਤ ਗੰਭੀਰ ਮਸਲੇ ਦੇ ਉੱਤੇ ਆ ਮੈਨੂੰ ਪਤਾ ਹੈ ਕਿ ਬਹੁਤ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ ਤੇ ਬਹੁਤ ਵੱਖਰੇ ਵੱਖਰੇ ਵਿਚਾਰ ਆਉਣਗੇ ਬਹੁਤ ਲੋਕਾਂ ਦੀਆਂ ਵੱਖਰੇ ਵੱਖਰੇ ਵਿਚਾਰ ਲੋਕਾਂ ਦੇ ਨੇ ਇਸ ਉੱਤੇ ਕਿਸੇ ਦਿਨ ਆਪਾਂ ਡਿਟੇਲ ਦੇ ਵਿੱਚ ਜ਼ਰੂਰ ਗੱਲ ਕਰਾਂਗੇ ਮਸਲਾ ਬਹੁਤ ਗੰਭੀਰ ਆ ਔਰ ਇਸ ਤੇ ਗੱਲ ਕਰਨੀ ਬਹੁਤ ਬਣਦੀ ਆ ਕਿਉਂਕਿ ਬਹੁਤ ਲੋਕੀ ਇਸ ਮਸਲੇ ਤੇ ਉਹਨਾਂ ਦੇ ਡਿਫਰੈਂਟ ਵਿਊਜ਼ ਨੇ ਇਹ ਆਪਾਂ ਕਿਸ ਦਿਨ ਫਿਰ ਵਿਚਾਰਾਂਗੇ ਸੋ ਅੱਜ ਇੰਨਾ ਹੀ ਕੱਲ ਫਿਰ ਮਿਲਾਂਗੇ ਨਮਸਕਾਰ ਸਤਿ ਸ੍ਰੀ ਅਕਾਲ ਖੁਦਾ ਹਾਫਿਜ਼